ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ, ਗੱਜ ਕੇ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸ਼ਾਮ ਦੇ ਦੀਵਾਨ ਅੰਦਰ ਜਿੰਨੇ ਸਮੇਂ ਲਈ ਆਪਾਂ ਗੁਰੂ ਦੀ ਹਜ਼ੂਰੀ 'ਚ ਇਕੱਤਰ ਹੋਏ ਹਾਂ, ਮੈਂ ਆਪਣੀ ਮਤਬੁੱਧ ਅਨੁਸਾਰ ਕੁਝ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਉਹਦੇ 'ਚ ਜੋ ਵੀ ਸਹੀ ਜਾਂ ਠੀਕ ਹੋਏਗਾ ਉਹ ਗੁਰੂ ਦਾ ਹੈ, ਉਹ ਸੰਗਤ ਦਾ ਹੈ, ਜੋ ਸਹੀ ਨਾ ਲੱਗੇ ਉਹ ਮੇਰਾ। ਜਿਹੜੀ ਸਭ ਤੋਂ ਪਹਿਲੀ ਬੇਨਤੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਅੱਜ ਤੋਂ 30-40 ਸਾਲ ਪਹਿਲਾਂ ਤਿੱਕਰ ਇੱਦਾਂ ਸ਼ਾਮ ਦੇ ਦੀਵਾਨ 'ਚ ਜਦੋਂ ਸਰੰਗੀ ਵੱਜਦੀ ਸੀ ਤਾਂ ਅੱਧੋ ਬਹੁਤੇ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸੀ। ਉਹ ਸੰਗੀਤ ਸੀ ਜਿਹੜਾ, ਉਹ ਸੰਗੀਤ ਇਤਿਹਾਸ ਨਾਲ, ਗੁਰੂ ਦੀ ਮਹਿਮਾ ਨਾਲ ਪਰੋਇਆ ਜਾਂਦਾ ਸੀ। ਤਾਂ ਦੂਜੀ ਬੇਨਤੀ ਇਸੇ ਬਾਬਤ ਹੈ ਮੇਰੀ ਕਿ ਇੱਕ ਅਹਿਸਾਸ ਸਾਨੂੰ ਦੁੱਖ ਦਾ, ਮੁਸੀਬਤ ਦਾ ਆਪਣੀ ਆਮ ਜ਼ਿੰਦਗੀ 'ਚ ਹੁੰਦਾ, ਦੂਜਾ ਅਹਿਸਾਸ ਸਾਨੂੰ ਸੁਣ, ਪੜ੍ਹ ਕੇ ਜਾਂ ਵੇਖ ਕੇ ਹੁੰਦਾ। ਪਹਿਲਾ ਅਹਿਸਾਸ ਆਪਣੇ ਨਿੱਜੀ ਤਜਰਬੇ ਦਾ ਹੈ, ਆਮ ਜ਼ਿੰਦਗੀ ਦਾ। ਦੂਜਾ ਅਹਿਸਾਸ ਖਾਸ ਸਮੇਂ ਦਾ ਹੈ। ਪਹਿਲਾਂ ਜੋ ਦੀਵਾਨਾਂ ਦੀ ਹਾਜ਼ਰੀ ਭਰਦੇ ਸੀ ਉੱਥੇ ਸੰਗੀਤ ਗੂੰਜਦਾ ਸੀ, ਉਹ ਸਾਨੂੰ ਇਤਿਹਾਸ ਦੇ, ਧਰਮ ਦੇ ਨੇੜੇ ਲੈ ਜਾਂਦਾ ਸੀ। ਹੁਣ ਸਾਡੇ ਕੋਲ, ਸਾਡੀਆਂ ਘਰਾਂ 'ਚ, ਸਾਡੀਆਂ ਜੇਬਾਂ 'ਚ ਜੋ ਸੰਗੀਤ ਰੋਜ਼ਾਨਾ ਗੂੰਜਦਾ, ਉਹ ਸਾਨੂੰ ਕਿੱਥੇ ਲੈ ਕੇ ਜਾਂਦਾ? 2 ਸਾਲ ਦਾ ਬੱਚਾ ਵੀ ਕਿਸੇ ਗੀਤ ਵੱਜਣ 'ਤੇ ਇੱਦਾਂ ਉਂਗਲੀ ਕਰ ਲੈਂਦਾ ਨੱਚਣ ਵਾਲੀ। ਤਾਂ ਦੂਜਾ ਮਸਲਾ ਜੋ ਮੈਂ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਉਹ ਇਹ ਹੈ ਕਿ ਜਿਹੜਾ ਇਹ ਅਹਿਸਾਸ ਹੈ ਕੁਝ ਦੇਖਣ ਦਾ, ਕੁਝ ਸੁਣਨ ਦਾ, ਕੁਝ ਪੜ੍ਹਨ ਦਾ, ਉਹ ਸਾਨੂੰ ਧਰਮ 'ਚ ਲੈ ਕੇ ਜਾਂਦਾ, ਉਹ ਸਾਨੂੰ ਇਤਿਹਾਸ 'ਚ ਲੈ ਕੇ ਜਾਂਦਾ, ਉਹ ਸਾਨੂੰ ਗੁਰੂ ਦੇ ਘਰ ਲੈ ਕੇ ਜਾਂਦਾ। ਜੇ ਤਾਂ ਤਿੰਨਾਂ 'ਚੋਂ ਕੁਝ ਇੱਕ ਵਾਪਰ ਰਿਹਾ ਤਾਂ ਫਿਰ ਉਹ ਅਹਿਸਾਸ ਜੋ ਮਨ 'ਤੇ ਆ ਰਿਹਾ ਜਾਂ ਅੰਦਰੋਂ ਜਾ ਰਿਹਾ ਉਹ ਸਹੀ ਹੈ। ਅੱਜ ਦੀ ਘੜੀ ਲਗਭਗ ਜਿਨ੍ਹਾਂ ਦੀ ਦਾੜ੍ਹੀ ਚਿੱਟੀ ਹੈ, ਮੂੰਹਾਂ 'ਚ ਦੰਦ ਨਹੀਂ ਹਨ, ਉਹਨਾਂ ਕੋਲ ਵੀ ਇੱਕ ਸੀਸਾ ਹੈ, ਅਤੇ ਜਿਨ੍ਹਾਂ ਦੇ ਦੰਦ ਨਹੀਂ ਆਏ ਹਜੇ ਉਹਨਾਂ ਕੋਲ ਵੀ ਇੱਕ ਸੀਸਾ ਹੈ। ਸਭ ਦੇ ਘਰਾਂ 'ਚ ਇੱਕ ਲੱਪੜ ਜਿੰਨਾ ਕੱਚ ਹੈ। ਇਸ ਨਾਲ ਸਾਡੀ ਜ਼ਿੰਦਗੀ ਬਾਰੇ ਸਮਝਦੇ ਵਿੱਚ ਵੱਡਾ ਫਰਕ ਪੈ ਰਿਹਾ। ਕਿੰਨਾ ਵੱਡਾ? ਆ ਹੁਣੀ ਬਿਉਣੀ ਪੜ੍ਹ ਰਹੇ ਸੀ, ਇੱਥੇ ਗੁਰਬਾਣੀ ਨੂੰ ਸੀਸੇ 'ਤੇ ਚਲਾਉਣ ਦੀ ਅਸੀਂ ਪਿਰਤ ਪਾ ਲਈ ਹੈ। ਇਹਦੀ ਬੇਨਤੀ ਮੈਂ ਬਾਅਦ 'ਚ ਕਰਾਂਗਾ, ਪਰ ਪਹਿਲਾਂ ਇਸ ਗੱਲ ਦੀ ਕਿ ਜੋ ਸੁਣ ਕੇ ਪੜ੍ਹ ਕੇ ਆਨੰਦ ਆਉਂਦਾ ਸੀ ਉਹਦੇ 'ਚ ਵੇਖਣ ਦਾ ਆਨੰਦ ਆ ਗਿਆ। 1980 ਤੀਕਰ ਗੁਰੂ ਘਰਾਂ 'ਚ, ਆਪਣੇ ਘਰਾਂ 'ਚ ਇਤਿਹਾਸ ਨੂੰ ਸੁਣਨ ਦਾ ਜਾਂ ਪੜ੍ਹਨ ਦਾ ਹੀ ਰੂਪ ਹਾਜ਼ਰ ਸੀ, ਇਤਿਹਾਸ ਵੇਖਣ ਦੀ ਵਸਤੂ ਨਹੀਂ ਸੀ। ਹੁਣ ਪਿਛਲੇ 25-30 ਸਾਲਾਂ 'ਚ ਇਤਿਹਾਸ ਪੜ੍ਹਨ ਦੀ ਵਸਤ ਨਹੀਂ ਰਿਹਾ, ਸੁਣਨ ਦੀ ਵਸਤ ਵੀ ਨਹੀਂ ਰਿਹਾ, ਵੇਖਣ ਦੀ ਹੋ ਗਿਆ। ਮੰਨ ਲਓ ਮੈਂ ਬੋਲ ਰਿਹਾ, ਬੰਦੇ ਸੀਸੇ 'ਤੇ ਮੈਨੂੰ ਵੀ ਵੇਖਣਗੇ, ਪਹਿਲਾਂ ਬੰਦੇ ਦੀ ਸ਼ਕਲ ਵੇਖਣਗੇ, ਜਿਹੜੇ ਇਹਦੇ 'ਚ ਰੰਗ ਭਰੇ ਹੋਏ ਨੇ, ਬੰਦਾ ਰੰਗਾਂ ਦਾ ਮੁਹਤਾਜ ਹੋ ਗਿਆ। ਸੁਣਨ ਦੇ ਵਿੱਚ ਇੱਕ ਚੀਜ਼ ਦਾ ਵੱਢ ਬਚ ਗਿਆ। ਹੁਣ ਸਾਨੂੰ ਜੇ ਸ਼ਕਲ ਚੰਗੀ ਨਾ ਲੱਗੀ ਬੰਗੇ ਦੀ, ਜਾਂ ਜਿਹਨੇ ਉਹ ਲਿਖ ਕੇ ਕੋਈ ਗੱਲ ਪਾਈ ਹੈ ਉਹਦੇ ਲਿਖੇ ਹੋਏ ਅੱਖਰ ਨਾ ਚੰਗੇ ਲੱਗੇ, ਅਸੀਂ ਸੁਣਨ ਤੋਂ ਕਿਨਾਰਾ ਕਰ ਜਾਵਾਂਗੇ। ਜਦੋਂ ਕੋਈ ਗੁਰੂ ਘਰ ਆ ਕੇ ਬੈਠ ਗਿਆ ਤਾਂ ਉਹ ਸੰਗਤ ਦੇ ਭੈ ਕਰਕੇ, ਗੁਰੂ ਦੇ
ਅਦਬ ਕਰਕੇ ਮਾਈਆਂ ਭਾਈਆਂ ਦੀ ਸ਼ਰਮ ਕਰਕੇ ਬੈਠਾ ਰਹੇਗਾ ਭਾਵੇਂ ਉਹਦਾ ਧਿਆਨ ਨਾ ਲੱਗਦਾ ਹੋਵੇ। ਉਹ ਸੰਗਤ ਦੀ ਦੀਵਾਨ ਦੀ ਮਰਯਾਦਾ ਦਾ ਪਾਲਣ ਕਰੇਗਾ। ਤਾਂ ਹੁਣ ਸੁਣਨ ਦੇ ਸੁਣਾਉਣ ਦੇ ਮਸਲੇ ਦੇ ਵਿੱਚ ਜਦੋਂ ਵੇਖਣ ਦਾ ਅਹਿਸਾਸ ਆ ਗਿਆ ਤਾਂ ਸੰਗਤ ਦਾ ਅਹਿਸਾਸ ਵਿਸਰ ਗਿਆ। ਇੱਕ ਸੀਸਾ ਅਤੇ ਇੱਕ ਬੰਦਾ, ਜਿਹੜਾ ਅੰਦਰੋਂ ਜ਼ਿੰਦਗੀ ਦਾ ਅਹਿਸਾਸ ਨਿਕਲਣਾ ਸੀ ਉਹ ਜਾਂ ਤਾਂ ਅਸਲ ਜ਼ਿੰਦਗੀ 'ਚ ਨਿਕਲਣਾ ਸੀ ਜਾਂ ਗੁਰੂ ਦੀ ਹਜ਼ੂਰੀ 'ਚ ਨਿਕਲਣਾ ਸੀ ਕਿਸੇ ਦੀਵਾਨ 'ਚ। ਹੁਣ ਉਹ ਤੀਜੀ ਥਾਂ ਪੈਦਾ ਹੋ ਗਈ ਹੈ। ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਪਰ ਹੈ ਉਹਨਾਂ ਨੂੰ ਇਹ ਗੱਲ ਹਜੇ ਸਮਝ ਨਹੀਂ ਆਉਂਦੀ ਕਿ ਇਹਦਾ ਅਸਰ ਗਾਹਾਂ ਨੂੰ ਕੀ ਬਣੇਗਾ। ਇਹ ਜਿਹੜੇ ਬੱਚੇ ਬੈਠੇ ਨੇ ਇਹਨਾਂ ਨੂੰ ਅਸਲ ਜ਼ਿੰਦਗੀ ਅਤੇ ਸੀਸੇ ਅਤੇ ਜ਼ਿੰਦਗੀ ਦੇ ਫਰਕ ਮਿਟ ਜਾਣਗੇ। ਅਸਲ ਜ਼ਿੰਦਗੀ ਛੋਟੀ ਹੋ ਜਾਏਗੀ, ਸੀਸੇ ਦੀ ਜ਼ਿੰਦਗੀ ਵੱਡੀ ਹੋਏਗੀ। ਤੁਸੀਂ ਹੁਣ ਧਿਆਨ ਨਾਲ ਦੇਖਿਓ ਕਿ ਲੋਕ ਉਹਨੂੰ ਸੁਣਨ ਜਾਂਦੇ ਜਿਹੜਾ ਸੀਸੇ 'ਤੇ ਮਸ਼ਹੂਰ ਹੈ, ਉਹਨੂੰ ਨਹੀਂ ਸੁਣਨ ਜਾਂਦੇ ਕਿ ਜਿਹਦੇ ਬਾਰੇ ਕੋਈ ਦੋ ਮਾਈ ਭਾਈ ਕਹਿੰਦੇ ਨੇ ਕਿ ਹਾਂ ਉਹਦਾ ਜੀਵਨ ਚੰਗਾ ਜਾਂ ਉਹਦਾ ਅਮਲ ਚੰਗਾ। ਬੰਦੇ ਦੇ ਅਮਲ ਨਾਲੋਂ ਬੰਦੇ ਦੀ ਮਸ਼ਹੂਰੀ, ਉਹ ਵੀ ਸੀਸੇ 'ਤੇ ਮਸ਼ਹੂਰੀ, ਸੁਣਨ ਦਾ ਵੇਖਣ ਦਾ ਆਧਾਰ ਬਣ ਗਈ ਹੈ। ਜਦੋਂ ਅਸੀਂ ਜੋ ਸੁਣਨਾ ਹੈ ਜੋ ਵੇਖਣਾ ਹੈ ਉਹਦਾ ਆਧਾਰ ਇਤਿਹਾਸ ਨਹੀਂ ਹੈ, ਉਹਦਾ ਆਧਾਰ ਧਰਮ ਨਹੀਂ ਹੈ, ਉਹਦਾ ਆਧਾਰ ਸਾਡੀ ਮਰਯਾਦਾ ਨਹੀਂ ਹੈ, ਜੇ ਤਿੰਨਾਂ ਹੀ ਤਰੀਕਿਆਂ ਤੋਂ ਬਾਹਰੋਂ ਕਿਸੇ ਨੂੰ ਸੁਣਨਾ ਪਸੰਦ ਕਰ ਰਹੇ ਹਾਂ ਤਾਂ ਜ਼ਿੰਦਗੀ ਦਾ ਰਾਹ ਬਦਲ ਰਿਹਾ। ਜਿਸ ਜਿਸ ਵੀ ਮਾਈ ਭਾਈ ਨੇ ਆਪਣੇ ਆਪ ਨੂੰ ਜਾਂ ਆਪਣੇ ਧੀਆਂ ਪੁੱਤਾਂ ਨੂੰ ਗੁਰੂ ਦੇ ਲੜ ਲਾਉਣਾ, ਚੰਗੇ ਬਣਾਉਣ ਦੀ ਇੱਛਾ ਰੱਖੀ ਹੋਈ ਹੈ, ਉਹਨਾਂ ਦੇ ਸਾਹਮਣੇ ਮੇਰੀ ਇਹ ਬੇਨਤੀ ਹੈ ਕਿ ਤੁਸੀਂ ਜੋ ਸੀਸਾ ਵਰਤ ਰਹੇ ਹੋ ਉਹਦੇ ਬਾਰੇ ਖਿਆਲ ਕਰਨਾ ਕਿ ਜ਼ਿੰਦਗੀ ਦਾ ਜੋ ਰੋਜ਼ਾਨਾ ਦਾ ਅਹਿਸਾਸ ਹੈ ਉਹਦੇ 'ਚੋਂ ਕਿਹੜਾ ਰੰਗ ਤੁਹਾਡੇ ਅੰਦਰ ਘੁਲ ਰਿਹਾ, ਕਿਹੜਾ ਰੰਗ ਤੁਹਾਡੇ ਬੱਚਿਆਂ ਦੇ ਅੰਦਰ ਘੁਲ ਰਿਹਾ। ਹੁਣ ਇਹਦੇ 'ਤੇ ਖੋਜ ਸਾਹਮਣੇ ਆ ਗਈ ਹੈ ਕਿ ਕਿਸੇ ਬੰਦੇ ਦੇ ਹੱਥ 'ਚ ਫੜਿਆ ਹੋਇਆ ਸੀਸਾ ਜੇ ਉਹ 10 ਮਿੰਟ ਵੇਖਦਾ ਤਾਂ ਇਹ ਮੋਬਾਈਲ ਨੂੰ 10 ਮਿੰਟ ਵੇਖਣਾ 50 ਟੀਵੀਆਂ ਨੂੰ ਵੇਖਣ ਦੇ ਬਰਾਬਰ ਹੈ। ਜਿਹੋ ਜਿਹਾ ਤੁਸੀਂ 50 ਟੈਲੀਵਿਜ਼ਨ ਵੇਖੇ ਉਹੋ ਜਿਹਾ ਇੱਕ ਫੋਨ ਦੇਖਿਆ। ਕਿਉਂ? ਕਿਉਂਕਿ ਜੋ ਟੀਵੀ 'ਤੇ ਚੱਲ ਰਿਹਾ ਉਹ ਸਾਰੀ ਦੁਨੀਆ 'ਚ ਇੱਕ ਸਾਰ ਚੱਲ ਰਿਹਾ। ਜਿਹੜੇ ਵੀ ਚੈਨਲ 'ਤੇ ਇਸ ਘੜੀ ਚੀਜ਼ ਚੱਲ ਰਹੀ ਹੈ ਉਹ ਸਾਰਿਆਂ ਵਾਸਤੇ ਇੱਕੋ ਜਿਹੀ ਚੱਲ ਰਹੀ ਹੈ, ਪਰ ਜੋ ਮੇਰੇ ਸੀਸੇ 'ਤੇ ਚੱਲ ਰਿਹਾ ਉਹ ਨਾਲ ਦੇ 'ਤੇ ਨਹੀਂ ਚੱਲ ਰਿਹਾ। ਜੇ ਘਰੇ ਭੈਣ ਭਰਾ, ਮੀਆਂ ਬੇਬੀ, ਮਾਂ ਪੁੱਤ ਇਕੱਠੇ ਬੈਠੇ ਨੇ ਉਹ ਆਪਣਾ ਆਪਣਾ ਸੀਸਾ ਖੋਲ੍ਹਣਗੇ, ਉਹਦੇ 'ਤੇ ਹੋਰ ਹੈ, ਉਹਦੇ 'ਤੇ ਹੋਰ ਹੈ। ਉਹ ਦੋਨੇ ਇੱਕੋ ਥਾਂ ਬੈਠ ਕੇ ਵੀ ਇੱਕੋ ਚੀਜ਼ ਨਹੀਂ ਸਿੱਖ ਸਕਦੇ। ਇਕੱਠੇ ਹੋਣ ਦਾ, ਟੱਬਰ ਹੋਣ ਦਾ ਅਹਿਸਾਸ ਵੀ ਟੁੱਟ ਗਿਆ, ਸੰਗਤ ਹੋਣ ਦਾ ਅਹਿਸਾਸ ਵੀ ਟੁੱਟਦਾ, ਕਿਸੇ ਥਾਂ ਦੇ ਲੋਕ ਜਾਂ ਕਬੀਲਾ ਭਾਈਚਾਰਾ ਹੋਣ ਦਾ ਅਹਿਸਾਸ ਵੀ ਵਿਗੜਦਾ। ਇਸ ਕਰਕੇ ਦੂਸਰੀ ਬੇਨਤੀ ਇਹ ਹੈ ਕਿ ਜੋ ਸੁਣਨ ਅਤੇ ਪੜ੍ਹਨ ਦੀ ਥਾਂ 'ਤੇ ਵੇਖਣ ਦਾ ਰਿਵਾਜ਼ ਸ਼ੁਰੂ ਹੋਇਆ ਉਹਦੇ ਬਾਰੇ ਇੰਨਾ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਧਰਮ ਬਾਰੇ, ਇਤਿਹਾਸ ਬਾਰੇ, ਸਾਡੀ ਪਰੰਪਰਾ ਬਾਰੇ ਕਿਹੋ ਜਿਹੀ ਗੱਲ ਸਾਨੂੰ ਸਿਖਾ ਰਿਹਾ। ਜਿੰਨਾ ਚਿਰ ਸਾਡਿਆਂ ਸਰੀਰਾਂ 'ਚ ਸੱਤਿਆ ਹੈ, ਉਹਦੇ ਲਈ ਮੈਂ ਤੀਜੀ ਬੇਨਤੀ ਕਰਨੀ ਹੈ ਕਿ ਜਾਨਵਰਾਂ ਨੂੰ, ਪੰਛੀਆਂ ਨੂੰ ਅਸੀਂ ਸਾਰੇ ਵੇਖਦੇ ਹਾਂ, ਉਹ ਆਪਣਾ ਪੂਰਾ ਜ਼ੋਰ ਲਾ ਕੇ ਆਪਣੇ ਬੱਚਿਆਂ ਨੂੰ ਆਪ ਪਾਲਦੇ ਨੇ।
ਜੇ ਸੜਕਾਂ ਦੇ ਕਿਨਾਰੇ ਕਿਸੇ ਕੁੱਤੀ ਨੂੰ ਘੋਰਨਾ ਨਹੀਂ ਵੀ ਲੱਭਦਾ ਤਦ ਵੀ ਉਹ ਆਪਣੇ ਕਤੂਰਿਆਂ ਨੂੰ ਪਾਲਦੀ ਹੈ। ਅੱਜ 15-20 ਸਾਲਾਂ 'ਚ ਮਾਂ ਪਿਓ ਇਹ ਮੰਨਣ ਲੱਗ ਗਏ ਕਿ ਸਾਡੇ ਜਵਾਕਾਂ ਨੂੰ ਸਕੂਲ ਵਾਲੇ ਪੜ੍ਹਾਉਣ। ਸਕੂਲ ਵਾਲੇ ਕਹਿੰਦੇ ਸਾਥੋਂ ਨਹੀਂ ਪੜ੍ਹਦੇ, ਫੋਨ 'ਤੇ ਪੜ੍ਹਾਓ। ਠੀਕ, ਤਾਂ ਆਪਣੇ ਬੱਚਿਆਂ ਨੂੰ ਪਾਲਣ ਦਾ ਕਰਮ ਜਿਹੜਾ ਜਾਨਵਰ ਪਸ਼ੂ ਪੰਛੀ ਸਾਡੇ ਨਾਲੋਂ ਵਧੀਆ ਕਰ ਰਹੇ ਨੇ, ਅਤੇ ਅਸੀਂ ਇੰਨੇ ਸਿਆਣੇ ਹੋ ਕੇ ਵੀ ਇਸ ਅਹਿਸਾਸ ਦੇ ਵਿੱਚ ਹੋ ਗਏ ਹਾਂ ਕਿ 2.5 ਸਾਲ ਦਾ 2 ਸਾਲ ਦਾ ਬੱਚਾ ਵੀ ਹੋਰ ਕੋਲ ਪੜ੍ਹਨੇ ਪਾ ਦਿੱਤਾ। ਤਾਂ ਇਹਦੇ 'ਚ ਜਿਹੜੀ ਮੇਰੀ ਬੇਨਤੀ ਹੈ ਕਿ ਜਦੋਂ ਕੋਈ ਬੱਚਾ ਕਿਸੇ ਕੋਲ ਛੱਡਿਆ ਅਸੀਂ, ਤਾਂ ਜਿਹੜਾ ਉਹਨੂੰ ਸਾਂਭ ਰਿਹਾ ਉਹ ਕਾਹਦੇ ਕਰਕੇ ਸਾਂਭ ਰਿਹਾ? ਕੀ ਉਹ ਸੇਵਾ ਕਰ ਰਿਹਾ? ਕੀ ਉਹ ਵਪਾਰ ਕਰ ਰਿਹਾ? ਕੀ ਉਹ ਸਾਡੇ ਨਾਲ ਕੋਈ ਰਿਸ਼ਤਾ ਨਿਭਾ ਰਿਹਾ? ਕੀ ਕਰ ਰਿਹਾ? ਬੱਚੇ ਦੀ ਜ਼ਿੰਦਗੀ ਦੇ ਜਿਹੜੇ ਸਭ ਤੋਂ ਅਹਿਮ ਸਾਲ ਨੇ ਉਹ 5 ਸਾਲ ਤੋਂ ਪਹਿਲਾਂ ਨੇ। ਪਹਿਲਾ ਪੜਾਅ ਬੱਚੇ ਦੇ ਜੰਮਣ ਤੋਂ 5-7 ਮਹੀਨੇ ਤੋਂ ਲੈ ਕੇ 2 ਸਾਲ ਤੱਕ ਦਾ, ਜਿਹਦੇ ਬਾਰੇ ਸਿਆਣੇ ਕਹਿੰਦੇ ਨੇ ਕਿ ਉਹਦਾ ਸੁਨਹਿਰੀ ਸਮਾਂ। ਉਹਦੇ ਜੰਮਣ ਤੋਂ ਪਹਿਲਾਂ ਉਹਦੀ ਮਾਂ, ਉਹਦਾ ਬਾਪ, ਉਸ ਘਰ 'ਚ ਰਹਿਣ ਵਾਲੇ ਲੋਕ ਕਿਹੋ ਜਿਹੇ ਸ਼ਬਦ ਬੋਲਦੇ ਨੇ, ਕਿਹੋ ਜਿਹੀਆਂ ਭਾਵਨਾਵਾਂ ਪਾਲਦੇ ਨੇ, ਉਹ ਭਾਵਨਾਵਾਂ, ਉਹ ਸ਼ਬਦ ਉਹ ਬੱਚੇ ਦੀ ਬੁਨਿਆਦ ਬਣਦੇ ਨੇ 2 ਸਾਲਾਂ ਤੱਕ। 2 ਸਾਲ ਤੱਕ ਬੱਚੇ ਦਾ ਦਿਮਾਗ ਕਹਿੰਦੇ ਵੱਡਾ ਹੁੰਦਾ, ਅਤੇ ਉਹ ਸਭ ਤੋਂ ਬਿਹਤਰ ਸਮਾਂ ਕਿ ਤੁਸੀਂ ਉਹਨੂੰ ਧਰਮ ਸਿਖਾਉਣਾ, ਤੁਸੀਂ ਉਹਨੂੰ ਇਤਿਹਾਸ ਸਿਖਾਉਣਾ, ਤੁਸੀਂ ਉਹਨੂੰ ਪਰੰਪਰਾ ਸਿਖਾਉਣੀ ਹੈ, ਉਹ ਤੁਸੀਂ ਉਹਦੇ ਸਾਹਮਣੇ ਕਰੋਗੇ। ਬੱਚਾ ਬੋਲ ਨਹੀਂ ਸਕਦਾ ਹੁੰਦਾ, ਪਰ ਹਰ ਗੱਲ ਉਹਨੂੰ ਯਾਦ ਰਹਿੰਦੀ ਹੈ। ਜਿਹੜੀਆਂ ਗੱਲਾਂ ਉਹਦੇ ਸੁੱਤੇ ਪਏ ਦੇ ਸਿਰਹਾਣੇ ਵੀ ਕੀਤੀਆਂ, ਉਹ ਵੀ ਉਹਨੂੰ ਯਾਦ ਰਹਿੰਦੀਆਂ। ਕਈ ਵਾਰੀ ਸਾਡੇ ਲੋਕ ਇਹ ਗੱਲਾਂ ਕਰਦੇ ਨੇ, ਮੈਂ ਇਸ ਗੱਲ 'ਤੇ ਥੋੜ੍ਹਾ ਜਿਹਾ ਹਰ ਥਾਂ ਟਿੱਪਣੀ ਕਰਦਾ ਕਿ ਮਾਂ ਬਾਪ ਸਾਊ ਸੀ, ਧੀ ਪੁੱਤ ਬੁਰਾ ਕਿਵੇਂ ਨਿਕਲ ਗਿਆ? ਬਹੁਤਾ ਤਾਂ ਮੈਨੂੰ ਪਤਾ ਨਹੀਂ ਹੈ, ਪਰ ਇੰਨਾ ਅੰਦਾਜ਼ਾ ਹੈ ਕਿ ਬੱਚੇ ਦੇ ਪੱਲੇ 'ਚ ਜਿਹੜੇ ਸ਼ਬਦ ਛੋਟੇ ਹੁੰਦਿਆਂ ਪੈ ਗਏ ਉਹ ਉਹਨੂੰ ਉੱਧਰ ਲੈ ਕੇ ਜਾਣਗੇ, ਉਹਨੂੰ ਉੱਧਰ ਲੈ ਕੇ ਜਾਣਗੇ। ਇਸ ਕਰਕੇ ਸਾਸ ਸਾਸ ਸਿਮਰੋ ਗੋਬਿੰਦ ਦੀ ਗੱਲ ਹੈ, ਇਸ ਕਰਕੇ ਸਵੇਰੇ ਸ਼ਾਮੀ ਨਿਤਨੇਮ ਦੀ ਗੱਲ ਹੈ ਕਿ ਜਿਹੜਿਆਂ ਸ਼ਬਦਾਂ ਨੂੰ ਮੂੰਹੋਂ ਬੋਲੋਗੇ, ਜਿਹੜੇ ਸ਼ਬਦ ਤੁਹਾਡੀਆਂ ਅੱਖਾਂ ਵੇਖਣਗੀਆਂ, ਜਿਹੜੇ ਸ਼ਬਦ ਸਾਡੇ ਕੰਨ ਸੁਣਨਗੇ, ਉਹ ਸਾਡੀ ਜ਼ਿੰਦਗੀ 'ਤੇ ਅਸਰ ਪਾਉਣਗੇ। ਸ਼ਬਦ ਗੁਰੂ ਧਰਮ ਰੂਪ 'ਚ ਹੀ ਨਹੀਂ ਹੈ, ਸ਼ਬਦ ਸਾਰਿਆਂ ਰੂਪਾਂ 'ਚ ਬੰਦੇ ਦਾ ਗੁਰੂ ਹੈ। ਜਿਵੇਂ ਜਿਵੇਂ ਸ਼ਬਦ ਬੰਦੇ ਦੇ ਦੁਆਲੇ ਵਾਪਰਦਾ, ਉਹਦੀ ਹਰ ਪਲ ਕਢਾਈ ਢਲਾਈ ਹੋ ਰਹੀ ਹੈ, ਅਤੇ ਜਿਹੜਿਆਂ ਸ਼ਬਦਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉਹ ਸਾਡੀ ਕਿਸਮਤ ਨੇ, ਉਹ ਸਾਡਾ ਸੁਭਾਅ ਨੇ। ਇਸ ਕਰਕੇ ਜਿਹੜੀ ਬੇਨਤੀ ਮੈਂ ਕਰ ਰਿਹਾ ਕਿ ਸਰਕਾਰਾਂ ਨੇ ਜਾਂ ਵਪਾਰੀਆਂ ਨੇ ਇਹ ਸੀਸੇ ਇੰਨੇ ਸਸਤੇ ਕਰਕੇ ਲੋਕਾਂ ਨੂੰ ਤਾਂ ਹੀ ਦਿੱਤੇ ਨੇ। ਹਾਲੇ ਤੱਕ ਦੁਨੀਆ 'ਚ ਕਿਤੇ ਵੀ ਵਧੀਆ ਹਸਪਤਾਲ ਨਹੀਂ ਹੋਏ, ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਧੀਆ ਨਹੀਂ ਹੈ, ਸੜਕਾਂ ਦਾ ਪ੍ਰਬੰਧ ਵਧੀਆ ਨਹੀਂ ਹੈ, ਕਿਸੇ ਵੀ ਤਰ੍ਹਾਂ ਦਾ ਪ੍ਰਬੰਧ ਵਧੀਆ ਨਹੀਂ ਹੈ ਜਿਹਦੀ ਬੰਦੇ ਨੂੰ ਲੋੜ ਹੈ ਜਿਉਂਦੇ ਰਹਿਣ ਲਈ, ਪਾਣੀ ਦਾ, ਹਵਾ ਦਾ, ਅੰਨ ਦਾ, ਦਵਾਈ ਦਾ। ਪਰ ਸਰਕਾਰਾਂ ਨੇ ਪਹਾੜਾਂ ਦੇ ਵੀ ਖੰਭੇ ਗੱਢਦੇ ਕਿ ਇੱਥੇ ਵੀ ਰੇਂਜ ਆਉਂਦੀ ਰਹੇ, ਇੱਥੇ ਵੀ ਰੇਂਜ ਰਹੇ। ਬੰਦੇ ਨੂੰ ਜਿਉਂਦੇ ਰਹਿਣ ਲਈ ਇਹ ਚੀਜ਼ ਦੀ ਲੋੜ ਹਾਲੇ ਨਹੀਂ ਹੈ, ਪਰ ਇਹਦੀ ਲੋੜ ਕਿਹਨੂੰ ਹੈ? ਜਿਨ੍ਹਾਂ ਦੀ ਲੋੜ ਇਹ ਹੈ ਕਿ ਲੋਕਾਂ ਦੇ ਦਿਮਾਗ 'ਚ ਸਾਡੀ ਗੱਲ ਸਾਡੇ ਮਰਜ਼ੀ ਨਾਲ ਪਵੇ।
ਇਹ ਜਿਹੜੇ ਪੜ੍ਹਨ ਜਾਣਦੇ ਨੇ ਉਹ ਵੇਖ ਲੈਣ ਕਿ ਇਹ ਗੱਲ ਲਿਖ ਕੇ ਸਾਹਮਣੇ ਆ ਗਈ ਹੈ ਕਿ ਹਿੰਦੁਸਤਾਨ 'ਚ ਪਿਛਲੀਆਂ ਦੋ ਚੋਣਾਂ, ਪੰਜਾਬ 'ਚ ਪਿਛਲੀਆਂ ਦੋ ਚੋਣਾਂ ਇਹ ਸੀਸੇ ਨਾਲ ਲੜੀਆਂ ਗਈਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਵੜ ਕੇ। ਕਿੱਥੇ ਗਿਆ ਬਦਲਾਅ? ਉਹ ਜਿਹੜਾ ਹਰੇਕ ਬੰਦੇ ਦੇ ਮੂੰਹ 'ਤੇ ਆਇਆ ਫਿਰਦਾ ਸੀਗਾ ਬਦਲਾਅ ਲਿਆਵਾਂਗੇ। ਮੈਂ ਕਿਸੇ ਜਥੇਬੰਦੀ ਦੀ ਗੱਲ ਨਹੀਂ ਕਰਦਾ ਚੋਣਾਂ ਵਾਲੀ ਦੀ, ਮੈਂ ਅਸਲ ਇਹ ਗੱਲ ਕਰ ਰਿਹਾ ਕਿ ਸਾਡੇ ਸਿੱਖਣ ਸਿਖਾਉਣ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਤਰੀਕਾ ਪਹਿਲਾਂ ਸੀ ਉਹ ਸਿੱਖਣ ਦੇ ਵਿੱਚ ਬਦਲ ਗਿਆ, ਤਾਂ ਹੁਣ ਜਿਹੜਾ ਇਹਦਾ ਅਸਰ ਪਿਆ ਹੈ ਆਉਣ ਵਾਲੇ ਸਮੇਂ 'ਚ ਇਹਦਾ ਅਸਰ ਇਦੋਂ ਵੱਧ ਪਏਗਾ। ਪਹਿਲਾਂ ਜਦੋਂ ਗੁਰੂ ਘਰਾਂ 'ਚ ਦੀਵਾਨ ਲੱਗਦੇ ਸੀ ਅੱਜ ਤੋਂ 80-90 ਸਾਲ ਪਹਿਲਾਂ, ਜਿਹੜਾ ਬੰਦਾ ਬੋਲਣ ਆਉਂਦਾ ਸੀ ਉਹਦੇ ਕੋਲ ਜਾਣਕਾਰੀ ਸਭ ਤੋਂ ਵੱਧ ਅਤੇ ਤਾਜ਼ੀ ਹੁੰਦੀ ਸੀ। ਫਿਰ ਅਖਬਾਰ ਜਦੋਂ ਆ ਗਏ, ਅਖਬਾਰ ਹਫ਼ਤੇ ਬਾਅਦ ਛਪਦਾ ਸੀ, ਤਾਂ ਅਖਬਾਰ ਬੰਦੇ ਤੋਂ ਜਿਹੜਾ ਇੱਥੇ ਖੜ ਕੇ ਬੋਲਦਾ ਉਹਦੇ ਤੋਂ ਵੱਧ ਤੇਜ਼ ਹੋ ਗਿਆ, ਕਿਉਂਕਿ ਅਖਬਾਰ 'ਚ ਨਵੀਆਂ ਗੱਲਾਂ ਛਪਣ ਲੱਗ ਗਈਆਂ ਹਰ ਹਫ਼ਤੇ। ਫਿਰ ਅਖਬਾਰ ਰੋਜ਼ ਛਪਣ ਲੱਗ ਗਏ, ਜਾਣਕਾਰੀ ਹੋਰ ਤੇਜ਼ ਹੋ ਗਈ। ਇਹ ਹੋਰ ਤੇਜ਼ ਜਾਣਕਾਰੀ ਕਰਕੇ ਕੀ ਹੋਇਆ? ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਉਹ ਸਮਝ ਜਾਣਗੇ ਕਿ ਸਾਡੇ ਬੰਦਿਆਂ ਨੇ ਉਹ ਸਿਕੰਦਰ ਦੇ ਵੇਲਿਆਂ ਤੋਂ ਲੈ ਕੇ ਕਿਸੇ ਦਾ ਭੈ ਨਹੀਂ ਸੀ ਮੰਨਿਆ, ਹਰੇਕ ਨਾਲ ਲੜੇ ਸੀ, ਆਪਣੀ ਧਰਤੀ ਨਹੀਂ ਛੱਡੀ ਸੀ, ਪਰ ਅਖਬਾਰ ਅਤੇ ਰੇਡੀਓ ਦੇ ਆਖੇ ਲੱਗ ਕੇ ਸਾਡੇ ਬੰਦਿਆਂ ਨੇ ਖਬਰ ਸੁਣ ਕੇ ਮੰਨ ਲਿਆ ਕਿ ਪਾਕਿਸਤਾਨ ਬਣ ਗਿਆ, ਚਲੋ ਉੱਧਰ ਚਲੀਏ। ਇਹਨੂੰ ਕਹਿੰਦੇ ਸਿੱਖਿਆ ਦਾ ਅਸਰ, ਸੂਚਨਾ ਦਾ ਅਸਰ, ਸ਼ਬਦਾਂ ਦਾ ਅਸਰ। ਇਦੋਂ ਬਾਅਦ ਰੰਗਦਾਰ ਸੀਸਾ ਆਇਆ ਜਿਹਨੂੰ TV ਕਹਿੰਦੇ ਆ, ਉਹਨੂੰ ਵੇਖ ਕੇ ਸਾਡੇ ਮੁੰਡਿਆਂ ਨੇ, ਸਾਡੀਆਂ ਕੁੜੀਆਂ ਨੇ, ਜਿਹੜੇ ਉਸ ਵੇਲੇ ਮੁੰਡੇ ਕੁੜੀਆਂ ਸੀ ਮੇਰੇ ਪਿਓ ਦੀ ਉਮਰ ਦੇ, ਉਹਨਾਂ ਨੇ ਪੈਂਟਾਂ ਪਾਉਣੀਆਂ ਸ਼ੁਰੂ ਕੀਤੀਆਂ। ਸਾਡੇ ਘਰ ਮੇਰੇ ਪਿਓ ਦੀ ਇੱਕ ਪੈਂਟ ਪਈ, ਉਹ ਗੋਡੇ ਕੋਲੋਂ ਫਸਦੀ ਹੈ, ਥੱਲਿਓਂ ਪਹੁੰਚਾ 24-25 ਇੰਚ ਦਾ, ਜਿਹਨੂੰ ਬੈਲ ਬੋਟਮ ਕਹਿੰਦੇ ਸੀ। ਤਾਂ ਸੀਸੇ ਦੇ ਰੰਗ ਵੇਖ ਕੇ ਸਾਡੇ ਲੋਕਾਂ ਨੇ ਆਪਣਾ ਖਾਣਾ ਛੱਡਿਆ, ਆਪਣੇ ਕੱਪੜੇ ਛੱਡੇ, ਆਪਣੀ ਬੋਲੀ ਛੱਡੀ, ਆਪਣੀ ਪੜ੍ਹਾਈ ਛੱਡੀ। ਉਹਦੇ ਕਰਕੇ ਗਾਹਾਂ ਵਾਲੀ ਪੀੜ੍ਹੀ ਆਪਣੀ ਧਰਤੀ ਛੱਡ ਰਹੀ ਹੈ, ਰੱਸੇ ਤੜਾ ਤੜਾ ਜਾਂਦੇ ਨੇ ਬਾਹਰ ਨੂੰ, 2 ਨੰਬਰ 'ਚ, 3 ਨੰਬਰ 'ਚ, 4 ਨੰਬਰ 'ਚ, ਕੋਈ ਅੰਤ ਹੀ ਨਹੀਂ ਹੈ। ਕਾਹਦੇ ਕਰਕੇ? ਕਿ ਜਿਹੜਿਆਂ ਸ਼ਬਦਾਂ ਨੂੰ ਸੁਣ ਕੇ, ਜਿਹੜਿਆਂ ਸ਼ਬਦਾਂ ਨੂੰ, ਰੰਗਾਂ ਨੂੰ ਵੇਖ ਕੇ ਉਹ ਵੱਡੇ ਹੋਏ ਸੀ, ਉਹ ਉਹਨਾਂ ਨੂੰ ਖਿੱਚ ਕੇ ਲੈ ਗਏ ਉੱਥੇ। ਜਿਹੜਾ ਗੁਰੂ ਘਰ 'ਚ ਬੈਠ ਕੇ ਇਹ ਸਮਾਗਮ ਅਸੀਂ ਕਰ ਰਹੇ ਹਾਂ, ਤਾਂ ਮੈਂ ਤੁਹਾਡੇ ਸਾਹਮਣੇ ਇਹੀ ਬੇਨਤੀ ਕਰ ਰਿਹਾ ਕਿ ਸਾਡੇ ਧੀਆਂ ਪੁੱਤ ਸਾਡੇ ਰਹਿਣ, ਇਹਦੇ ਲਈ ਇਹ ਜ਼ਰੂਰੀ ਹੈ ਕਿ ਉਹਨਾਂ ਦੇ ਕੰਨਾਂ 'ਚ ਸਾਡੇ ਸ਼ਬਦ ਪੈਣ, ਉਹਨਾਂ ਦੇ ਕੰਨਾਂ 'ਚ ਸਾਡੀ ਪਰੰਪਰਾ ਦਾ, ਇਤਿਹਾਸ ਦਾ ਅਮਲ ਪਵੇ, ਉਹ ਸਾਡੇ ਅੱਖਰਾਂ ਨੂੰ ਸਿੱਖਣ। ਮੈਂ ਬਹੁਤ ਥਾਵਾਂ 'ਤੇ ਜਾ ਕੇ ਵੇਖਦਾ, ਕੁਛ ਚਿਰ ਪੜ੍ਹਾਇਆ ਵੀ ਹੈ ਮੈਂ, ਸਾਡੀਆਂ ਕੁੜੀਆਂ, ਸਾਡੇ ਮੁੰਡੇ 12 ਪੜ੍ਹ ਜਾਂਦੇ ਨੇ, ਪੰਜਾਬੀ ਦੇ 35 ਅੱਖਰ ਇੱਕ ਤਰਤੀਬ 'ਚ ਸਹੀ ਨਹੀਂ ਲਿਖ ਸਕਦੇ, ਉਹਨਾਂ ਨੂੰ ਸਹੀ ਨਹੀਂ ਉਚਾਰ ਸਕਦੇ। ਅਤੇ ਸਾਡੇ ਜਵਾਕਾਂ ਨੂੰ ਅਸੀਂ 4 ਸਾਲ ਦਾ ਨਹੀਂ ਹੋਣ ਦਿੰਦੇ, ਰੋਮਨਾਂ ਦੇ ਅੱਖਰ ਸਿਖਾ ਦਿੰਦੇ ਹਾਂ ਕਿ ਫਲਾਨਿਆਂ ਸੁਣਾ, ਆਪਣੇ ਘਰ ਬੰਦਾ ਆਇਆ, ਇਹਨੂੰ ABCDC ਸੁਣਾ ਦੇ। ਸੁਣਾਉਣ ਵਾਲਾ ਵੀ ਖੁਸ਼ ਹੋ ਕੇ ਸੁਣਦਾ ਅਤੇ ਕਹਿਣ ਵਾਲਾ ਵੀ ਖੁਸ਼ ਹੋ ਕੇ ਕਹਿੰਦੇ ਨੇ। ਜਿਨ੍ਹਾਂ ਦੇ ਅੱਖਰ ਇਹ ਬੱਚੇ ਦੇ ਦਿਮਾਗ 'ਚ ਉਤਰ ਗਏ, ਉਹਨਾਂ ਦੀ ਹਰ ਚੀਜ਼ ਉਹਦੇ ਦਿਮਾਗ 'ਚ ਉਤਰੇਗੀ। ਸੁੱਚੇ ਮਨ ਨੇ ਪਹਿਲਾਂ ਕਿਹੜੀ ਚੀਜ਼ ਲੈਣੀ ਹੈ ਉਹਦੇ ਲਈ ਉਹ ਸੋਨਾ। ਜੇ ਬੱਚੇ ਨੇ ਪਹਿਲਾਂ ਸਿਉ ਸਿੱਖਿਆ ਕਿ ਬੱਚੇ ਨੇ ਪਹਿਲਾਂ ਐਪਲ ਸਿੱਖਿਆ, ਇਹ ਗੱਲ ਉਹਦੀ ਜ਼ਿੰਦਗੀ 'ਤੇ ਅਸਰ ਪਾਏਗੀ।
ਬੱਚਾ ਆਪਦੀ ਮਾਂ ਨੂੰ ਮਾਂ ਕਹਿਣ ਸਿੱਖਦਾ ਕਿ ਮੰਮੀ ਕਹਿੰਦਾ ਕਿ ਝਾਈ ਕਹਿੰਦਾ ਕੀ ਕਹਿੰਦਾ। ਜਿਹੜੇ ਅਸਰ ਨਾਲ ਜਿਹੜੇ ਸ਼ਬਦ ਨਾਲ ਬੱਚੇ ਦਾ ਸਾਡੇ ਨਾਲ ਰਿਸ਼ਤਾ ਬਣਿਆ ਉਹਦਾ ਅਰਥ ਉਹਦਾ ਅਸਰ ਬੇਅਰਥ ਨਹੀਂ ਜਾਂਦਾ ਕਦੇ ਵੀ। ਤੁਹਾਡੇ ਬੱਚੇ ਤੁਹਾਨੂੰ ਕੀ ਕਹਿ ਕੇ ਬੁਲਾਉਂਦੇ ਨੇ ਇਹ ਤੁਹਾਡਾ ਭਵਿੱਖ ਹੈ। ਆਪਣੇ ਧੀਆਂ ਪੁੱਤਾਂ ਨੂੰ ਜਿੰਨੀ ਮਰਜ਼ੀ ਜਾਇਦਾਦ ਦਿਓ ਕੀ ਫਰਕ ਪੈਂਦਾ। ਸਰਕਾਰ ਇੱਕ ਕਾਂਟੀ ਮਾਰਦੀ ਹੈ 500 ਦੇ 2000 ਦੇ ਨੋਟਾਂ 'ਚੋਂ ਸਭ ਮਿੱਟੀ ਹੋ ਜਾਂਦਾ। ਜਵਾਕ ਵੇਚ ਸਕਦਾ, ਖੋਹਿਆ ਜਾ ਸਕਦਾ, ਕਬਜ਼ਾ ਹੋ ਸਕਦਾ, ਚੋਰੀ ਹੋ ਸਕਦਾ। ਦੁਨੀਆਂ ਦੇ ਸਿਆਣੇ ਜਾਣਦੇ ਨੇ ਕਿ ਤੁਸੀਂ ਆਪਣੇ ਧੀ ਪੁੱਤ ਨੂੰ ਇੱਕੋ ਜਾਇਦਾਦ ਦੇ ਸਕਦੇ ਹੋ, ਆਪਣੇ ਵਿਰਸੇ ਦੇ ਸ਼ਬਦ। ਆਪਣੇ ਵਿਰਸੇ ਦੇ ਸ਼ਬਦ ਸਾਡੇ ਪਰੰਪਰਾ ਦੇ ਵਿੱਚ ਜਿਹੜੀ ਅਰਦਾਸ ਹੈ ਉਹਨੂੰ ਧਿਆਨ ਨਾਲ ਸੁਣ ਕੇ ਦੇਖੋ। ਇੱਥੇ ਖੜ੍ਹਨ ਵਾਲੇ ਬੰਦੇ ਕਈ ਵਾਰੀ ਕਹਿ ਦਿੰਦੇ ਨੇ ਕਿ ਸਿੱਖਾਂ ਨੇ ਇਤਿਹਾਸ ਬਣਾਇਆ ਪਰ ਲਿਖਿਆ ਨਹੀਂ। ਮੈਂ ਤੁਹਾਨੂੰ ਕਹਿ ਕੇ ਜਾਂਦਾ ਕਿ ਇਹ ਗੱਲ 1000 ਪੈਸੇ ਝੂਠੀ ਹੈ। ਜਿੰਨਾ ਸੋਹਣਾ ਇਤਿਹਾਸ ਸਿੱਖਾਂ ਨੇ ਲਿਖਿਆ ਦੁਨੀਆ 'ਚ ਮੈਂ ਕਿਸੇ ਦਾ ਪੜ੍ਹਿਆ ਨਹੀਂ। 2.5 ਮਿੰਟਾਂ ਦੇ ਅੰਦਰ ਅਰਦਾਸ ਹੁੰਦੀ ਹੈ। ਜਿੰਨਾ ਵੀ ਸਾਡੇ ਇਤਿਹਾਸ ਦਾ ਕੋਈ ਸ਼ਾਨਦਾਰ ਵਾਕਿਆ ਹੈ ਉਹ ਅਰਦਾਸ ਦੇ ਵਿੱਚ ਹਾਜ਼ਰ ਹੈ ਜੀ। ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਵੰਡ ਛਕਿਆ, ਜਿਨ੍ਹਾਂ ਨੇ ਦੇਗ ਚਲਾਈ, ਜਿਨ੍ਹਾਂ ਨੇ ਤੇਗ ਵਾਹੀ, ਜਿਨ੍ਹਾਂ ਨੇ ਵੇਖ ਕੇ ਅਣਡਿੱਠ ਕੀਤਾ, ਸਭ ਦੇ ਨਾਂ ਨੇ। ਇਤਿਹਾਸ ਨੇ ਬੰਦੇ ਅੰਦਰ ਅਹਿਸਾਸ ਪੈਦਾ ਕਰਨਾ ਹੁੰਦਾ ਅਤੇ ਜਿੰਨਾ ਅਹਿਸਾਸ ਅਰਦਾਸ ਪੈਦਾ ਕਰਦੀ ਹੈ ਜੁੜ ਜਾਣ ਦਾ ਪੁਰਖਿਆਂ ਨਾਲ, ਗੁਰੂ ਨਾਲ, ਦੁਨੀਆ ਨਾਲ, ਇਹਨੂੰ ਵੱਡਾ ਅਹਿਸਾਸ ਤੁਸੀਂ ਹੋਰ ਕਿਸੇ ਦੇ ਘਰੇ ਲੱਭ ਕੇ ਦਿਖਾਇਓ। ਸਰਬੱਤ ਦਾ ਭਲਾ ਰੋਜ਼ ਮੰਗਣਾ ਖੇਡ ਨਹੀਂ ਹੈਗੀ। ਇਸ ਕਰਕੇ ਧੀਆਂ ਪੁੱਤਾਂ ਨੂੰ ਸਿਖਾਉਣ ਦੇ ਮਾਮਲੇ 'ਚ ਜਿਹੜੇ ਸ਼ਬਦ ਰੋਜ਼ਾਨਾ ਉਹਨਾਂ ਦੇ ਕੰਨਾਂ 'ਚ ਪੈਂਦੇ ਨੇ, ਜੇ ਤਾਂ ਉਹ ਗੁਰੂ ਵਾਲੇ ਜ਼ਿਆਦੇ ਨੇ ਫਿਰ ਤਾਂ ਉਹਨਾਂ ਦਾ ਰਾਹ ਉੱਧਰ ਜਾਏਗਾ। ਜੇ ਉਹ ਵਪਾਰੀ ਵਾਲੇ ਨੇ ਫਿਰ ਰਾਹ ਉੱਧਰ ਜਾਏਗਾ, ਜੇ ਕਿਸੇ ਸਰਕਾਰ ਦੇ ਨੇ ਫਿਰ ਉਹ ਉੱਧਰ ਜਾਏਗਾ। ਬੰਦੇ ਦੀ ਹੋਣੀ, ਬੰਦੇ ਦੀ ਕਿਸਮਤ ਸ਼ਬਦਾਂ ਨਾਲ ਤੈਅ ਹੁੰਦੀ ਹੈ। ਤਾਂ ਹੀ ਦੁਨੀਆ ਦੀਆਂ ਸਰਕਾਰਾਂ ਨੇ ਸਾਰੇ ਲੋਕਾਂ ਵਾਸਤੇ ਪੜ੍ਹਨਾ ਜ਼ਰੂਰੀ ਕੀਤਾ। ਤਾਂ ਹੀ ਸਰਕਾਰਾਂ ਨੇ ਬੱਚਿਆਂ ਦੇ ਪੜ੍ਹਨ ਦਾ ਸਮਾਂ ਤੈਅ ਕੀਤਾ, ਉਹਨਾਂ ਦੇ ਪੜ੍ਹਨ ਦੇ ਪਾਠ ਤੈਅ ਕੀਤੇ ਨੇ ਕਿ ਪਹਿਲਾਂ ਆਹ ਪੜ੍ਹਾਓ, ਫਿਰ ਆਹ ਪੜ੍ਹਾਓ, ਫਿਰ ਆਹ ਪੜ੍ਹਾਓ। ਕਾਹਦੇ ਕਰਕੇ? ਕਿ ਜਿਹੜੇ ਸ਼ਬਦ, ਜਿਹੜੇ ਅੱਖਰ, ਜਿਹੜੀ ਕਥਾ, ਜਿਹੜੀਆਂ ਕੀਮਤਾਂ ਬੱਚੇ ਨੇ ਪੜ੍ਹੀਆਂ, ਬੱਚੇ ਨੇ ਸੁਣੀਆਂ, ਉਹਦੇ ਮਨ 'ਤੇ ਖੁਣੀਆਂ ਜਾਣਗੀਆਂ। ਅੱਜ ਸਾਡੇ ਲੋਕਾਂ ਨੂੰ ਲੱਗਦਾ ਕਿ ਜਵਾਕ ਸ਼ੀਸ਼ੇ 'ਤੇ ਗੀਤ ਸੁਣ ਕੇ ਖੁਸ਼ ਹੁੰਦਾ, ਚਲੋ ਚੁੱਪ ਰਹਿੰਦਾ, ਮੈਂ 2 ਘੜੀਆਂ ਕੰਮ ਕਰ ਲੂੰਗੀ। ਇਹ ਬਹੁਤ ਵੱਡੀ ਕੀਮਤ ਹੈ, ਬੇਹੱਦ ਵੱਡੀ ਕੀਮਤ ਹੈ ਕਿ ਬੱਚੇ ਨੂੰ ਐਸੇ ਅਹਿਸਾਸ ਦੇ ਲੜ ਲਾਉਣਾ ਜੋ ਨਾ ਸਾਡੇ ਇਤਿਹਾਸ ਦਾ ਹਿੱਸਾ, ਨਾ ਸਾਡੇ ਧਰਮ ਦਾ ਹਿੱਸਾ, ਨਾ ਸਾਡੀ ਪਰੰਪਰਾ ਦਾ ਹਿੱਸਾ। ਬੱਚੇ ਤੋਂ ਆਪਣੀ ਪਰੰਪਰਾ ਦੇ ਸ਼ਬਦ ਖੋਹ ਲੈਣੇ। ਅੱਜ ਸਾਡੇ ਲੋਕਾਂ ਨੂੰ ਲੱਗਦਾ ਕਿ ਜਵਾਕ ਸ਼ੀਸ਼ੇ 'ਤੇ ਗੀਤ ਸੁਣ ਕੇ ਖੁਸ਼ ਹੁੰਦਾ, ਚਲੋ ਚੁੱਪ ਰਹਿੰਦਾ, ਮੈਂ 2 ਘੜੀਆਂ ਕੰਮ ਕਰ ਲੂੰਗੀ। ਇਹ ਬਹੁਤ ਵੱਡੀ ਕੀਮਤ ਹੈ, ਬੇਹੱਦ ਵੱਡੀ ਕੀਮਤ ਹੈ ਕਿ ਬੱਚੇ ਨੂੰ ਐਸੇ ਅਹਿਸਾਸ ਦੇ ਲੜ ਲਾਉਣਾ ਜੋ ਨਾ ਸਾਡੇ ਇਤਿਹਾਸ ਦਾ ਹਿੱਸਾ, ਨਾ ਸਾਡੇ ਧਰਮ ਦਾ ਹਿੱਸਾ, ਨਾ ਸਾਡੀ ਪਰੰਪਰਾ ਦਾ ਹਿੱਸਾ। ਬੱਚੇ ਤੋਂ ਆਪਣੀ ਪਰੰਪਰਾ ਦੇ ਸ਼ਬਦ ਖੋਹ ਲੈਣੇ ਜਾਂ ਉਹਨੂੰ ਦੇਣੇ ਨਾ, ਮਨੁੱਖ ਦੇ ਕਤਲ ਕਰਨ ਤੋਂ ਵੱਡਾ ਗੁਨਾਹ ਹੈ। ਇੱਕ ਤਾਂ ਇਹ ਹੈ ਕਿ ਸਰਕਾਰ ਮਾੜੀ ਹੈ, ਪ੍ਰਬੰਧ ਨਹੀਂ ਕਰਦੀ, ਉਹ ਵੀ ਸਹੀ ਹੈ, ਪਰ ਪਹਿਲਾਂ ਆਪ ਨੜੇ ਗਰੀਬਾਨ ਮੈਂ, ਪਹਿਲਾਂ
ਆਪਣਾ ਪੱਲਾ ਦੇਖੀਏ। ਅਸੀਂ ਉਹਨਾਂ ਦੇ ਮਾਂ ਬਾਪ, ਅਸੀਂ ਉਹਨਾਂ ਦੇ ਭੈਣ ਭਰਾ। ਉਹ ਜੇ ਅਸੀਂ ਨਹੀਂ ਇਹ ਤਹੱਈਆ ਕਰਦੇ ਕਿ ਅਸੀਂ ਉਹਨਾਂ ਨੂੰ ਠੀਕ ਰੱਖੀਏ ਤਾਂ ਉਹ ਕਿਸੇ ਦੇ ਕੀ ਲੱਗਦੇ ਨੇ। ਅਸੀਂ ਆਪਣੇ ਘਰ 'ਚ, ਗੁਰੂ ਦੇ ਘਰ 'ਚ ਬੱਚੇ ਨੂੰ ਇਤਿਹਾਸ ਨਹੀਂ ਪੜ੍ਹਾ ਸਕਦੇ। ਕੋਈ ਸਰਕਾਰ ਪੜ੍ਹਾਵੇ ਤਾਂ ਕਾਹਦਾ ਰੋਸਾ, ਕੋਈ ਵਪਾਰੀ ਪੜ੍ਹਾਵੇ ਤਾਂ ਫਿਰ ਕਾਹਦਾ ਰੋਸਾ। ਵਪਾਰੀ ਨੇ ਆਪਣਾ ਨਫ਼ਾ ਵੇਖਣਾ, ਉਹਦਾ ਧਰਮ ਹੈ। ਸਰਕਾਰ ਨੇ ਆਪਣਾ ਹਿੱਤ ਵੇਖਣਾ, ਉਹਦਾ ਧਰਮ ਹੈ। ਅਸੀਂ ਗੁਰੂ ਦੇ ਘਰ 'ਚ ਬੈਠੇ ਹਾਂ, ਉਹ ਧਰਮ ਕੀ ਹੈ ਅਸੀਂ ਵੇਖਦੇ ਉਹਨੂੰ। ਅਸੀਂ ਆਪਣੇ ਘਰ 'ਚ ਬੈਠ ਕੇ ਸਾਡੇ ਬੱਚਿਆਂ ਨੂੰ ਪਾਲਣ ਦਾ ਕਿਹੜਾ ਧਰਮ ਬਣਦਾ ਉਹਨੂੰ ਵੇਖਦੇ ਬੈਠ ਕੇ। ਅੱਠ ਪਹਿਰ ਦੀ ਜ਼ਿੰਦਗੀ 'ਚ ਜੇ ਇੱਕ ਪਹਿਰ ਦਾ ਸਮਾਂ ਭਜਨ ਪਾਠ ਦੇ ਵਿੱਚ, ਇਤਿਹਾਸ ਦੇ ਵਿੱਚ ਨਹੀਂ ਬੀਤਦਾ, ਤੁਹਾਡੀ ਜ਼ਿੰਦਗੀ ਘਾਟੇ 'ਚ ਜਾ ਰਹੀ ਹੈ। ਚਾਹੇ ਤੁਸੀਂ ਖਰਬਾਂ ਦੇ ਮਾਲਕ ਹੋ ਜਾਓ, ਫਰਕ ਨਹੀਂ ਪੈਂਦਾ। ਇਹ ਦੁਨੀਆ ਦੇ ਛਿੱਲੜ ਪਤਾ ਨਹੀਂ ਕਦੋਂ ਹਵਾ ਹੋ ਜਾਣ। ਅਸਲ ਮਾਨਾ ਇਹੀ ਹੈ ਕਿ ਜਿਹੜੀ ਸ਼ੈ, ਸਮਾਂ ਜਿਹੜਾ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਇਹਦੀ ਇੱਕੋ ਹੀ ਖੂਬਸੂਰਤੀ ਕਿ ਸਾਰਿਆਂ ਕੋਲ ਬਰਾਬਰ ਹੈ। ਮੋਦੀ ਕੋਲ ਵੀ ਓਨਾ, ਭਗਵੰਤ ਮਾਨ ਕੋਲ ਵੀ ਓਨਾ, ਇਸ ਬੱਚੇ ਕੋਲ ਵੀ ਓਨਾ। ਕੋਈ ਵੱਡੇ ਤੋਂ ਵੱਡਾ ਸ਼ਾਹ ਇੱਕ ਪਲ ਸਮਾਂ ਵਧਾ ਨਹੀਂ ਸਕਦਾ ਅਤੇ ਨਾ ਕਿਸੇ ਦਾ ਖੋ ਸਕਦਾ। ਜਿਹੜਾ ਸਮਾਂ ਸਭ ਕੋਲ ਬਰਾਬਰ ਹੈ, ਉਹਦੀ ਕੀਮਤ ਸਾਡੇ ਅੰਦਰ ਕਿਵੇਂ ਹੈ, ਇੱਥੋਂ ਹੀ ਸਾਡਾ ਪਤਾ ਲੱਗਦਾ ਕਿ ਅਸੀਂ ਕੀ ਹਾਂ। ਅੱਠਾਂ ਪਹਿਰਾਂ 'ਚੋਂ ਇੱਕ ਪਹਿਰ ਸਾਡਾ ਗੁਰੂ ਦੇ ਸ਼ੁਕਰ ਦਾ, ਸ਼ਹੀਦਾਂ ਦੀ ਯਾਦ ਦਾ ਨਹੀਂ ਬੀਤਦਾ ਤਾਂ ਸਾਡੀ ਜ਼ਿੰਦਗੀ ਘਾਟੇ 'ਚ ਹੈ। ਅਤੇ ਨਾਲ ਦੀ ਨਾਲ ਜਿਨ੍ਹਾਂ ਖਾਤਰ ਤੁਰੇ ਫਿਰਦੇ ਹਾਂ, ਉਹਨਾਂ ਦੀ ਜ਼ਿੰਦਗੀ ਵੀ ਘਾਟੇ 'ਚ, ਸਾਡਾ ਅਸਰ ਉਹਨਾਂ 'ਤੇ ਪੈ ਰਿਹਾ। ਇੱਕ ਵਿਦਵਾਨ ਨੇ ਗੱਲ ਲਿਖੀ ਹੈ ਕਿ ਤੁਹਾਡੇ ਧੀ ਪੁੱਤ ਤੁਹਾਡੇ ਆਖੇ ਨਹੀਂ ਲੱਗਦੇ, ਫਿਕਰ ਨਾ ਕਰੋ, ਫਿਕਰ ਇਸ ਗੱਲ ਦਾ ਕਰੋ ਕਿ ਉਹ ਤੁਹਾਨੂੰ ਵੇਖਦੇ ਨੇ। ਇਸ ਗੱਲ ਦਾ ਫਿਕਰ ਕਰੋ ਕਿ ਤੁਹਾਡੇ ਬੱਚੇ ਤੁਹਾਨੂੰ ਵੇਖ ਰਹੇ ਨੇ ਕਿ ਮੇਰੀ ਮਾਂ, ਮੇਰਾ ਪਿਓ, ਮੇਰਾ ਦਾਦਾ ਨਾਨਾ ਕਰਦਾ ਕੀ ਹੈ, ਕਿੰਨੇ ਵੇਲੇ, ਕਿਸ ਵੇਲੇ ਸੌਂਦੇ, ਕਿਸ ਵੇਲੇ ਉੱਠਦੇ, ਕੀ ਖਾਂਦੇ, ਗੁਆਂਢੀਆਂ ਬਾਰੇ ਕਿਹੋ ਜਿਹੀਆਂ ਗੱਲਾਂ ਕਰਦੇ, ਮੁਸੀਬਤ ਪਏ ਤੋਂ ਕਿਵੇਂ ਰੋਂਦੇ, ਪ੍ਰਾਪਤੀ ਤੋਂ ਕਿਵੇਂ ਹੱਸਦੇ। ਤੁਸੀਂ ਦੇਖਿਆ ਕਰੋ ਕਿ ਬੰਦੇ ਦਾ ਜਿਹੜਾ ਚਾਲ ਚੱਲਣਾ ਕਿਵੇਂ ਪ੍ਰਗਟ ਹੁੰਦਾ। ਮੈਂ ਇੱਕ ਵਾਰੀ ਕੋਈ ਖੇਡ ਵੇਖ ਰਿਹਾ ਸੀ, ਜਿਹੜੀ ਉਹ ਕ੍ਰਿਕਟ ਹੁੰਦੀ ਆ, ਉਹ ਜੋ ਬੰਦੇ ਨੇ ਬਾਜ਼ੀ ਜਿੱਤੀ ਤਾਂ ਉਹਦੀਆਂ ਦੋਵੇਂ ਉਂਗਲਾਂ ਉੱਪਰ ਗਈਆਂ ਸਿਰਨੀਮਾ। ਇਹ ਉਹਦੀ ਪਰੰਪਰਾ ਦਾ ਸਬੂਤ ਸੀ ਕਿ ਉਹਨੇ ਰੱਬ ਦਾ ਸ਼ੁਕਰ ਕੀਤਾ। ਕੁਛ ਚਿਰ ਬਾਅਦ ਸਾਡੇ ਇੱਥੋਂ ਦਾ ਇੱਕ ਬੰਦਾ ਸੀ, ਉਹ ਖੇਡ ਰਿਹਾ ਸੀ, ਉਹਨੇ ਬਾਜ਼ੀ ਜਿੱਤੀ, ਉਹਨੇ ਐਂ ਕਰਿਆ, ਨਿਰਾ ਹੰਕਾਰ। ਇਹ ਉਹਦਾ ਦੋਸ਼ ਨਹੀਂ ਸੀ, ਉਹ ਜਿਹੜਿਆਂ ਸ਼ਬਦਾਂ ਨੇ ਘੜਿਆ ਸੀ, ਉਹਨੇ ਜੋ ਮਾਂ ਬਾਪ ਨੂੰ ਕਰਦੇ ਵੇਖਿਆ ਸੀ, ਬੰਦੇ ਨੇ ਉਹੀ ਕਰਨਾ। ਅਸੀਂ ਆਪਣੀ ਜ਼ਿੰਦਗੀ 'ਚ ਆਪਣੇ ਬੱਚਿਆਂ ਲਈ, ਆਪਣੇ ਆਲੇ ਦੁਆਲੇ ਲਈ ਕੀ ਕਰ ਸਕਦੇ ਹਾਂ, ਉਹੀ ਕਰ ਸਕਦੇ ਹਾਂ ਜੋ ਆਪਣੇ ਆਪ ਲਈ ਕਰ ਰਹੇ ਹਾਂ, ਕਿੱਦੋਂ ਵਧੀਆ ਨਹੀਂ ਕਰ ਸਕਦੇ। ਅੱਜ ਹਰ ਸ਼ਹਿਰ 'ਚ, ਅੱਜ ਹਰ ਪਿੰਡ 'ਚ ਲੋਕ ਮਣਾ ਮੂੰਹੀ ਬਿਮਾਰ ਨੇ, ਜਿਹਦੇ ਮਰਜ਼ੀ ਹੱਥ ਲਾ ਲਓ, ਕਿਸੇ ਨੂੰ ਨੀਂਦ ਨਹੀਂ ਆਉਂਦੀ, ਕਿਸੇ ਨੂੰ ਭੁੱਖ ਨਹੀਂ ਲੱਗਦੀ, ਕਿਸੇ ਦੇ ਗੋਡੇ ਮੋਢੇ ਦੁਖਦੇ ਆ। ਇੱਕ ਤਾਂ ਇਹ ਹੈ ਕਿ ਖਾਣ ਪੀਣ ਗਲਤ ਹੋ ਗਿਆ, ਪਰ ਭਾਈ ਖਾਣ ਪੀਣ ਤਾਂ ਦਿਹਾੜੀ 'ਚ 2-3 ਵੇਲੇ ਲੋੜੀਂਦਾ ਨਾ, ਉਦੋਂ ਵੱਧ ਹਵਾ ਦਾ ਰੌਲਾ ਜਿਹੜੀ ਹਰ ਘੜੀ 'ਚ ਕਈ ਵਾਰੀ ਲੋੜੀਦੀ ਹੈ, ਉਦੋਂ ਵੱਧ ਕੇ ਜਿਹਦੀ ਖਾਤਰ ਮੈਂ ਖੜ੍ਹਾ ਹੋਇਆ ਬੇਨਤੀ ਖਾਤਰ,
ਉਦੋਂ ਵੱਧ ਕੇ ਸ਼ਬਦ ਦੀ ਲੋੜ ਹੈ, ਜਿਹੜਾ ਇੱਕ ਸਾਹ ਤੋਂ ਦੂਜੇ ਸਾਹ ਦੇ ਵਿਚਕਾਰ ਕਈ ਸੌ ਵਾਰੀ ਅੰਦਰ ਚੱਲ ਜਾਂਦਾ। ਇੱਥੇ ਬੈਠਿਆਂ ਦਾ ਮਨ ਕਿੰਨੀਆਂ ਗੱਲਾਂ ਸੋਚ ਵੀ ਹਟਿਆ। ਬਾਣੀ 'ਚ ਲਿਖਿਆ ਕਿ ਇਹ ਮਨੂਆ ਬਹੁ ਰੰਗੀ ਇੱਕ ਖਿਨਮੈਂ, ਇੱਕ ਖਿਨ ਦੇ ਵਿੱਚ ਕਿੰਨੀਆਂ ਦਿਸ਼ਾਵਾਂ ਹੰਢਾ ਲੈਂਦਾ। ਦਿਸ਼ਾਵਾਂ ਕਾਹਦੇ ਨਾਲ ਹੰਢਾਉਂਦਾ? ਅੰਦਰ ਜੋ ਸ਼ਬਦ ਚੱਲਦਾ। ਤਾਂ ਸਾਡੇ ਅੰਦਰ ਅਸੀਂ ਜੋ ਬਣੇ ਹੋਏ ਹਾਂ, ਸਭ ਤੋਂ ਵੱਧ ਅਸਰ ਸ਼ਬਦਾਂ ਦਾ, ਸੁੱਤਿਆਂ ਦੇ ਵੀ ਚੱਲਦਾ ਰਹਿੰਦਾ, ਜੇ ਬੰਦਾ ਬੇਹੋਸ਼ ਹੋ ਜਾਵੇ ਤਦ ਵੀ ਚੱਲਦਾ ਰਹਿੰਦਾ। ਤਾਂ ਇਸ ਕਰਕੇ ਸਭ ਤੋਂ ਜਿਹੜਾ ਵੱਡਾ ਹੈ ਉਹ ਸ਼ਬਦ ਦਾ ਅਹਿਸਾਸ ਹੈ। ਅਸੀਂ ਜੋ ਬੋਲਦੇ, ਅਸੀਂ ਜੋ ਸੁਣਦੇ, ਉਹਨੂੰ ਪਰਖ ਲਈਏ ਕਿ ਕਿਹੜਿਆਂ ਸ਼ਬਦਾਂ ਦਾ ਦੇਣ ਲੈਣ ਕਰ ਰਹੇ ਹਾਂ, ਆਪਣੇ ਆਪ ਵਾਸਤੇ, ਆਪਣੇ ਧੀਆਂ ਪੁੱਤਾਂ ਵਾਸਤੇ। ਇਹ ਜਿਹੜਾ ਅਹਿਸਾਸ ਹੈ, ਇਹ ਸਾਡੇ ਅੰਦਰ ਜਿਵੇਂ ਚੱਲਦਾ। ਅਸੀਂ ਆਪਣੀ ਜ਼ਿੰਦਗੀ 'ਚ ਲੋਕਾਂ ਤੋਂ ਦੁਖੀ ਕਿਉਂ ਰਹਿੰਦੇ ਹਾਂ ਕਿ ਮੈਨੂੰ ਆਹ ਕਹਿਤਾ, ਮੈਨੂੰ ਵਾਹ ਕਹਿਤਾ? ਆਪਣੀ ਜ਼ਿੰਦਗੀ ਦਾ ਸਮਾਂ ਹੋਰਾਂ ਦੀਆਂ ਗੱਲਾਂ ਦੀ ਚਰਚਾ ਕਰਕੇ ਕਿਵੇਂ ਗਵਾਉਂਦੇ ਹਾਂ ਅਸੀਂ? ਮੈਂ ਇੱਕ ਥਾਂ ਪੜ੍ਹਾਉਂਦਾ ਸੀ, ਜਦੋਂ ਮੈਂ ਉੱਥੇ ਦੇਖਿਆ ਕਿ ਉੱਥੇ ਇੱਕ ਕੋਈ ਜੋ ਬੰਦਾ ਪੜ੍ਹਾਉਂਦਾ ਸੀ, ਉਹਨੂੰ ਬਾਕੀ ਦੇ ਬੰਦੇ ਵਧੀਆ ਨਹੀਂ ਸਮਝਦੇ ਸੀ ਵੀ ਉਹ ਮੂਰਖ ਹੈ, ਉਹਨੂੰ ਪਤਾ ਨਹੀਂ ਹੈ। ਤਾਂ ਮੈਂ ਇੱਕ ਦਿਨ ਉਹਨਾਂ ਨੂੰ ਪੁੱਛਿਆ ਕਿ ਅਸੀਂ ਯਾਰ 10 ਬੰਦੇ ਆਪਣੇ ਆਪ ਨੂੰ ਉਹਦੇ ਨਾਲ ਸਿਆਣਾ ਸਮਝਦੇ ਹਾਂ ਅਤੇ ਰੋਜ਼ ਉਹਦੀ ਗੱਲ ਕਰਦੇ ਹਾਂ, ਅਸੀਂ ਕਿੰਨੇ ਸਿਆਣੇ ਹਾਂ? ਮਨ ਆਪਣੇ ਆਪ ਨੂੰ ਸਿਆਣਾ ਲਿਆ ਅਤੇ ਜਿਹਨੂੰ ਮੂਰਖ ਮੰਨ ਲਿਆ ਉਹਦੀ ਰੋਜ਼ ਚਰਚਾ ਕਰਨੀ ਘੰਟਾ ਘੰਟਾ, ਅਸਲ ਹਾਲਤ ਕੀ ਹੋਈ? ਉਹਦੇ ਨਾਲ ਥੱਲੇ ਹੋਈ। ਇਤਿਹਾਸ ਦੀ ਚਰਚਾ ਕਰਨੀ ਅਤੇ ਕਿਸੇ ਬੰਦੇ ਨੂੰ ਗਾਲਾਂ ਦੇਣੀਆਂ, ਉਹਨੇ ਬੇੜਾ ਭਾਤਾ ਪੰਥ ਦਾ, ਕੋਈ ਬੰਦਾ ਉਹਦੀ ਇੰਨੀ ਪਾਇਆ? ਮਸਲਾ ਸਾਡਾ ਜੀ, ਸਾਡਾ ਕਿ ਸਾਡਾ ਅਹਿਸਾਸ ਕਿੱਥੇ ਖੜ੍ਹਾ, ਅਸੀਂ ਕਿਹੜਿਆਂ ਸ਼ਬਦਾਂ ਦੇ ਲੜ ਲੱਗੇ, ਗਾਲਾਂ ਦੇ, ਮਿਹਣਿਆਂ ਦੇ, ਲਲਕਾਰਿਆਂ ਦੇ? ਬੰਦੇ ਨੂੰ ਜ਼ਿੰਦਗੀ 'ਚ ਰਸ ਹਰ ਵੇਲੇ ਆਉਂਦਾ ਰਹਿੰਦਾ, ਕਿਸੇ ਇੱਕ ਸ਼ਬਦ 'ਚੋਂ, ਕਿਸੇ ਇੱਕ ਤਰ੍ਹਾਂ ਦੇ ਸ਼ਬਦ 'ਚੋਂ। ਨਿੰਦਿਆ 'ਚੋਂ ਆਉਂਦਾ ਕਿ ਸ਼ੁਕਰਾਨੇ 'ਚ ਆਉਂਦਾ ਕਿ ਇਤਿਹਾਸ ਦੀ ਯਾਦ 'ਚੋਂ ਆਉਂਦਾ ਕਿ ਉਹਦੇ ਨਾਮ 'ਚੋਂ ਆਉਂਦਾ? ਹਰ ਬੰਦੇ ਨੂੰ ਹਰ ਵੇਲੇ ਰਸ ਲੱਗਿਆ ਰਹਿੰਦਾ। ਆਪਣਾ ਆਪਣਾ ਰਸ ਵੇਖੀਏ, ਸਾਡਾ ਮਨ ਸਭ ਤੋਂ ਵੱਧ ਕਿਹੜੇ ਸ਼ਬਦ ਬੋਲ ਕੇ ਖੁਸ਼ ਹੁੰਦਾ? ਦੂਜੇ ਨੂੰ ਗਾਲ ਦੇ ਕੇ, ਦੂਜੇ ਨੂੰ ਨੀਵਾਂ ਦਿਖਾ ਕੇ, ਜਾਂ ਇਤਿਹਾਸ ਦੀ ਗੱਲ ਕਰਕੇ? ਤੁਸੀਂ ਵੇਖ ਸਕਦੇ ਹੋ ਇਹ ਗੱਲ, ਹਰ ਬੰਦੇ ਦੇ ਚਿਹਰੇ 'ਤੇ ਚਮਕ ਆਉਂਦੀ ਹੈ ਜਿਹੜਿਆਂ ਸ਼ਬਦਾਂ 'ਚ ਉਹਨੂੰ ਰਸ ਆ ਰਿਹਾ ਹੁੰਦਾ। ਇਹ ਗੱਲ ਯਾਦ ਰੱਖਣ ਵਾਲੀ ਹੈ। ਦੂਜਾ, ਹਰ ਬੰਦੇ ਦੇ ਸਾਹਮਣੇ ਕੋਈ ਬੰਦਾ ਦਿਸਦਾ ਹੁੰਦਾ, ਉਹਦੇ ਮਨ 'ਚ ਵੱਸਦਾ ਹੁੰਦਾ, ਚਾਹੇ ਉਹ ਉਹਨੂੰ ਨਫ਼ਰਤ ਵੀ ਕਰਦਾ ਹੋਵੇ, ਪਰ ਹਰ ਬੰਦੇ ਦੇ ਮਨ 'ਚ ਹਰ ਵੇਲੇ ਕਿਸੇ ਨਾ ਕਿਸੇ ਬੰਦੇ ਦਾ ਖਿਆਲ ਰਹਿੰਦਾ। ਉਹ ਕਿਹੋ ਜਿਹੇ ਬੰਦੇ ਦਾ ਖਿਆਲ ਹੈ, ਉਹ ਸਾਡੀ ਜ਼ਿੰਦਗੀ 'ਤੇ ਅਸਰ ਪਾਉਂਦਾ। ਨਿੱਕੇ ਨਿੱਕੇ ਬੱਚੇ ਰੋਜ਼ ਕਿਹੜੇ ਚਿਹਰੇ ਦੀ ਗੱਲ ਕਰਦੇ ਆ? ਮੈਂ ਸਭ ਥਾਂ ਜਾ ਕੇ ਕਹਿਣਾ ਕਿ ਦੇਖੋ, ਅਖਬਾਰਾਂ ਦੇ ਵਿੱਚ ਹਰ ਹਫ਼ਤੇ ਇੱਕ ਰੰਗ ਦਾ ਸਫ਼ਾ ਆਉਂਦਾ ਉਹਨਾਂ ਬੰਦਿਆਂ ਬਾਰੇ ਜਿਹੜੇ ਨਕਲਾਂ ਕਰਦੇ ਨੇ, ਅਤੇ ਉਹਨਾਂ ਨੂੰ ਕਹਿੰਦੇ ਨੇ ਕਲਾਕਾਰ। ਅੰਗਰੇਜ਼ੀ 'ਚ ਉਹਨਾਂ ਨੂੰ ਕੀ ਕਹਿੰਦੇ ਨੇ? ਸਟਾਰ। ਅੰਗਰੇਜ਼ੀ 'ਚ ਉਹਨਾਂ ਵਾਸਤੇ ਸ਼ਬਦ ਵਰਤਿਆ ਜਾਂਦਾ ਸਟਾਰ, ਤਾਰੇ। ਮਤਲਬ ਇਹ ਅਖਬਾਰਾਂ ਤੋਂ ਪਹਿਲਾਂ ਸਾਡੀਆਂ ਅੱਖਾਂ ਸਾਹਮਣੇ ਤਾਰੇ ਕੌਣ ਸੀਗੇ? ਜਿਹੜੇ ਧਰਮ ਲਈ ਸ਼ਹੀਦ ਹੋਏ ਸੀ। ਸਾਡੀਆਂ ਅੱਖਾਂ ਸਾਹਮਣੇ ਤਾਰੇ ਉਹੀ ਸੀ ਨਾ ਜਿਨ੍ਹਾਂ ਨੇ ਬੰਦ ਕਟਾਏ ਸੀ, ਜਿਨ੍ਹਾਂ ਨੇ ਖੋਪਰੀਆਂ ਲਹਾਈਆਂ ਸੀ।
ਤਾਂ ਹੁਣ ਜਦੋਂ ਅਖਬਾਰ ਛਪਣ ਲੱਗਿਆ ਤਾਂ ਤਾਰੇ ਕੌਣ ਬਣ ਗਏ? ਜਿਹੜੇ ਨਕਲਾਂ ਕਰਦੇ ਸੀ। ਅੱਜ ਲੋਕਾਂ ਦੇ ਕਿੰਨਿਆਂ ਜਵਾਕਾਂ ਦਾ ਨਾਂ ਉਹਨਾਂ ਦੇ ਨਾਵਾਂ ਤੋਂ ਹੈ ਜਿਹੜੀ ਕਿਸੇ ਨੇ ਨਕਲ ਵੇਖੀ ਸੀ। ਤਾਂ ਅਸੀਂ ਆਪਣੀਆਂ ਅੱਖਾਂ ਸਾਹਮਣੇ ਕਿਹੋ ਜਿਹੇ ਬੰਦਿਆਂ ਨੂੰ ਯਾਦ ਰੱਖ ਰਹੇ ਹਾਂ? ਇਹਦਾ ਅਸਰ ਸਾਡੀ ਜ਼ਿੰਦਗੀ 'ਤੇ ਵੀ ਪੈਂਦਾ, ਸਾਡੇ ਬੱਚਿਆਂ ਦੀ ਜ਼ਿੰਦਗੀ 'ਤੇ ਵੀ ਪੈਂਦਾ। ਜਿਹੜੀ ਆਖਰੀ ਬੇਨਤੀ ਹੈ ਮੇਰੀ, ਉਹ ਇਸ ਗੱਲ ਬਾਬਤ ਹੈ ਕਿ ਜਿਹੜਾ ਰਸ ਹੈ ਅਸੀਂ ਕਈ ਵਾਰੀ ਸਿਰਫ ਖੁਸ਼ ਹੋਣ ਦੇ ਨਾਂ 'ਤੇ ਲੈਂਦੇ ਹਾਂ ਕਿ ਨਹੀਂ ਨਹੀਂ ਮੇਰੀ ਬਾਹਲੀ ਦਿਲਚਸਪੀ ਨਹੀਂ, ਮੈਂ ਤਾਂ ਵੈਸੇ ਹੀ ਦੋ ਘੜੀਆਂ ਇੱਕੋ ਸ਼ਬਦ ਵਰਤਦੇ ਸਾਡੇ ਲੋਕ ਟਾਈਮ ਪਾਸ, ਇਹ ਬਹੁਤ ਲੋਕ ਵਰਤਦੇ ਆ ਕਿ ਥੋੜ੍ਹਾ ਜਿਹਾ ਹਲਕਾ ਫੁਲਕਾ ਮਨੋਰੰਜਨ ਕਰਦੇ ਹਾਂ, ਮੈਂ ਬਾਹਲਾ ਸੀਰੀਅਸ ਨਹੀਂ ਲੈਂਦਾ। ਇੱਦੋਂ ਵੱਡਾ ਝੂਠ ਬੰਦਾ ਆਪਣੇ ਆਪ ਨਾਲ ਬੋਲ ਨਹੀਂ ਸਕਦਾ। ਜਿਹੜੀ ਇਹ ਗੱਲ ਨਾ ਕਿ ਮੈਂ ਟਾਈਮ ਪਾਸ ਕਰਦਾ, ਮੈਂ ਬਾਹਲਾ ਸੀਰੀਅਸ ਨਹੀਂ ਲੈਂਦਾ, ਆਪਾਂ ਫਨ ਕਰਦੇ ਹਾਂ, ਇਹ ਜਿਹੜੀਆਂ ਤਿੰਨ ਸ਼ਬਦ ਨੇ ਇਹ ਬੰਦਾ ਆਪਣੇ ਆਪ ਨਾਲ ਸਭ ਤੋਂ ਨਿਕੰਮੇ ਝੂਠ ਬੋਲਦਾ। ਕਿਉਂਕਿ ਟਾਈਮ ਜਿਹੜਾ ਸਮਾਂ ਹੈ ਅਤੇ ਜ਼ਿੰਦਗੀ ਹੈ ਇਹ ਦੋ ਨਹੀਂ ਹਨ ਜੀ, ਇੱਕ ਹੈ। ਕਿ ਮੈਂ ਥੋੜ੍ਹਾ ਜਿਹਾ ਵਕਤ ਵਿਹਲਾ ਬਿਤਾ ਰਿਹਾ ਜਾਂ ਆਪਣਾ ਧਿਆਨ ਹੋਰ ਥਾਂ ਲਾ ਰਿਹਾ, ਵਕਤ ਧਿਆਨ ਜ਼ਿੰਦਗੀ ਅੱਡ ਅੱਡ ਨਹੀਂ ਹਨ, ਸਭ ਕੁਝ ਇਕੱਠਾ ਚੱਲਦਾ। ਕਿਸੇ ਸ਼ੀਸ਼ੇ 'ਤੇ ਰੰਗ ਵੇਖਣੇ, ਇਹ ਸਮਝਣਾ ਕਿ ਕਿਸੇ ਬੰਦੇ ਨੂੰ ਵੇਖ ਰਿਹਾ ਭੁਲੇਖਾ ਹੈ, ਉਦੋਂ ਵੱਡਾ ਭੁਲੇਖਾ ਇਹ ਕਿ ਮੈਂ ਖੁਸ਼ ਹੋ ਰਿਹਾ। ਇੱਦਾਂ ਤਾਂ ਜਾਨਵਰ ਵੀ ਨਹੀਂ ਕਰਦੇ ਕਿ ਕਿਸੇ ਨਕਲੀ ਚੀਜ਼ ਨੂੰ ਵੇਖ ਕੇ ਖੁਸ਼ ਹੋਣ। ਸਭ ਨੂੰ ਪਤਾ ਹੁੰਦਾ ਕਿ ਸ਼ੀਸ਼ੇ ਦੇ ਪਿੱਛੇ ਬਿਜਲੀ ਦੇ ਟਿਮਕਣੇ ਨੇ, ਉਹ ਰੰਗਾਂ ਨਾਲ ਕੋਈ ਤਸਵੀਰ ਬਣਦੀ ਹੈ, ਉਹਨੂੰ ਵੇਖ ਕੇ ਹੱਸੀ ਜਾਣਾ, ਖੁਸ਼ ਹੋਣਾ, ਇੱਦੋਂ ਵੱਡੀ ਗਰੀਬੀ ਕੀ ਹੁੰਦੀ ਹੈ? ਦਾਵਾ ਸਾਡੇ ਬੰਦਿਆਂ ਦਾ ਇਹ, ਅਸੀਂ ਸਿੱਖ ਹੁੰਦੇ, ਅਸੀਂ ਪੰਜਾਬੀ ਹੁੰਦੇ, ਅਸੀਂ ਚੰਗੇ ਹਾਂ, ਅਸੀਂ ਸਿਆਣੇ ਹਾਂ, ਇਹ ਇੱਦਾਂ ਵੇਖ ਵੇਖ ਹੱਸੀ ਜਾਣਾ, ਇਹ ਕਿੱਥੇ ਲਿਖਿਆ ਕਿ ਉਹ ਬੰਦਾ ਸਿਆਣਾ ਹੁੰਦਾ, ਕਿ ਉਹ ਬੰਦਾ ਚੰਗਾ ਹੁੰਦਾ, ਕਿ ਉਹ ਬੰਦਾ ਧਾਰਮਿਕ ਹੁੰਦਾ? ਦਾਵਾ ਇਹ ਹੈ ਕਿ ਸ਼ਹੀਦਾਂ ਦੇ ਵਾਰਸਾਂ ਗੁਰੂ ਦਾ ਸਭ ਤੋਂ ਉੱਚਾ ਸੁੱਚਾ ਖਿਆਲ ਹੈ, ਅਸੀਂ ਉਹਦੀ ਪੂਜਾ ਕਰਦੇ ਹਾਂ। ਪਰ ਜਿਹੜਾ ਸਵਾਦ ਆ ਰਿਹਾ, ਸਵਾਦ ਬਿਲਕੁਲ ਹੀ ਝੂਠੀ ਗੱਲ 'ਚੋਂ ਆ ਰਿਹਾ। ਸ਼ੀਸ਼ਾ ਵੀ ਝੂਠਾ, ਕਹਾਣੀ ਵੀ ਝੂਠੀ, ਅਤੇ ਖੁਸ਼ੀ ਹੋ ਰਹੀ ਹੈ। ਇਹ ਅਸਲੀ ਪੱਧਰ ਹੈ ਬੰਦੇ ਦਾ ਕਿ ਬੰਦੇ ਦੀ ਅਸਲ ਪਾਇਆ ਕੀ ਹੈ। ਜਦੋਂ ਬੰਦੇ ਨੂੰ ਝੂਠ 'ਚੋਂ ਖੁਸ਼ੀ ਹਾਸਲ ਹੋਵੇ, ਉਹਦੇ ਲਈ ਸੱਚ ਦਾ ਮਾਨਾ ਮੁੱਕ ਜਾਂਦਾ, ਉਹ ਸੱਚ ਦੀ ਗੱਲ ਕਰਨੀ ਸੁਣਨੀ ਪਸੰਦ ਕਰਨ ਨੂੰ ਹਟ ਜਾਂਦਾ। ਜਦੋਂ ਜਦੋਂ ਬੰਦਾ ਝੂਠੀ ਕਹਾਣੀ ਸੁਣ ਕੇ ਖੁਸ਼ ਹੁੰਦਾ, ਉਹਨੂੰ ਇਤਿਹਾਸ 'ਚੋਂ ਰਸ ਨਹੀਂ ਆਏਗਾ। ਜਿਹੜੇ ਜਿਹੜੇ ਮਾਈ ਭਾਈ ਆਪਦਾ ਸ਼ੀਸ਼ਾ 2 ਘੰਟੇ ਤੋਂ ਵੱਧ ਵੇਖਦੇ ਨੇ, ਉਹ ਸ਼ਰਤ ਲਾ ਕੇ ਵੇਖ ਲੈਣ, ਆਪਣੇ ਧੀਆਂ ਪੁੱਤਾਂ ਨੂੰ 1 ਸਾਖੀ 4 ਵਾਰ ਨਹੀਂ ਸੁਣਾ ਸਕਦੇ, ਉਹਨਾਂ ਨੂੰ ਰਸ ਨਹੀਂ ਆਊਗਾ, ਜਦੋਂ ਮਰਜ਼ੀ ਵੇਖ ਲਿਓ। ਆਪਣੇ ਬੱਚੇ ਨੂੰ ਜਿਹਦੇ ਸਭ ਤੋਂ ਵੱਧ ਪਿਆਰ ਹੈ, ਉਹਨੂੰ ਵੀ ਇਤਿਹਾਸ ਦੀ ਸਾਖੀ, ਉਹੀ ਸਾਖੀ 4 ਵਾਰ ਸੁਣਾ ਨਹੀਂ ਸਕਦੇ, ਰਸ ਆਉਣੋਂ ਹਟ ਜਾਏਗਾ। ਕਿਉਂਕਿ ਬੰਦੇ ਦੇ ਰਸ ਦਾ ਪੱਧਰ ਕਿਸੇ ਹੋਰ ਥਾਂ ਜਾ ਕੇ ਜੁੜ ਗਿਆ। ਜਿਹੜਾ ਝੂਠ ਦੇ ਵਿੱਚੋਂ ਮਨੋਰੰਜਨ ਕਰਨਾ ਹੈ, ਇੱਦੋਂ ਥੱਲੇ ਬੰਦਾ ਜਾ ਨਹੀਂ ਸਕਦਾ। ਜਿਹਨੇ ਰਾਜਨੀਤੀ ਕਰਨੀ ਹੈ, ਜਿਹਨੇ ਵਪਾਰ ਕਰਨਾ ਹੈ, ਉਹਨਾਂ ਨੂੰ ਇਹ ਗੱਲ ਸਮਝ ਆਈ ਪਈ ਹੈ 100 ਸਾਲਾਂ ਤੋਂ ਹੀ ਕਿ ਜਦੋਂ ਹੀ ਬੰਦੇ ਕਿਸੇ ਥਾਂ ਦੇ ਲੋਕ ਝੂਠੀ ਗੱਲ 'ਚੋਂ ਖੁਸ਼ ਹੋਣ ਲੱਗ ਜਾਣ, ਫਿਰ ਉਹਨਾਂ ਨੂੰ ਲੁੱਟ ਲਓ, ਕੁੱਟੋ, ਕੋਈ ਫਰਕ ਨਹੀਂ ਪੈਂਦਾ। ਆਏ ਨਹੀਂ ਕਿ ਫਲਾਨੀ ਪਾਰਟੀ ਮਾੜੀ ਹੈ ਚੋਣਾਂ ਵਾਲੀ ਜਾਂ ਫਲਾਨਾ ਆਗੂ ਮਾੜਾ, ਉਹਦਾ ਮਸਲਾ ਨਹੀਂ ਹੈ। ਮਸਲਾ ਇਸ ਗੱਲ ਦਾ ਹੈ
ਕਿ ਸਾਨੂੰ ਕਿਸ ਚੀਜ਼ 'ਚੋਂ ਸਵਾਦ ਆ ਰਿਹਾ, ਕਿਹੋ ਜਿਹੀਆਂ ਗੱਲਾਂ ਸੁਣ ਕੇ ਸਵਾਦ ਆ ਰਿਹਾ, ਉਹ ਸਾਡੀ ਸੁਰਤੀ ਬਿਰਤੀ ਦਾ ਸਬੂਤ ਹੈ ਕਿ ਅਸੀਂ ਕਿਹੜੇ ਰਸ ਲੱਗੇ ਹੋਏ ਹਾਂ। ਹੁਣ ਮੈਂ ਇੱਥੇ ਖੜ੍ਹ ਕੇ ਜਿਹੜੀ ਕਥਾ ਕਰਾਂ, ਉਹ ਕਥਾ ਦਾ ਮਾਨਾ ਕਿਵੇਂ ਤੈਅ ਹੋਊਗਾ? ਉਹ ਕਥਾ ਦਾ ਮਾਨਾ ਤੁਹਾਡੇ ਅੰਦਰ ਪਏ ਰਸ ਤੋਂ ਤੈਅ ਹੋਊਗਾ। ਸਾਡੇ ਅੰਦਰ ਹਰ ਚੀਜ਼ ਦੇ ਅਰਥ ਵੱਸਦੇ ਨੇ, ਸਾਡੇ ਅੰਦਰ ਵੱਸਦੇ ਨੇ, ਪਹਿਲਾਂ ਤੋਂ ਵੱਸਦੇ ਨੇ ਵੀ ਆਹ ਪੱਖਾ ਜਾਂ ਕੁਝ ਹੋਰ ਹੈ। ਇਹ ਮੈਨੂੰ ਘਰਦਿਆਂ ਨੇ ਪਹਿਲਾਂ ਸਿਖਾ ਤਾ ਕਿ ਇਹ ਕੀ ਹੁੰਦਾ, ਜਿੱਦਾਂ ਪਹਿਲੀ ਵਾਰ ਸਿਖਾਇਆ ਉਹਦੇ ਅਰਥ ਅੰਦਰ ਵੱਸ ਗਏ। ਮੈਂ ਸਭ ਥਾਂ ਜਾ ਕੇ ਕਹਿੰਦਾ ਕਿ ਸਾਡੀਆਂ ਕੁੜੀਆਂ, ਸਾਡੇ ਜਵਾਕ ਚੂਹੀ ਵੇਖ ਕੇ, ਕਿਰਲੀ ਵੇਖ ਕੇ, ਸੱਪ ਦੇਖ ਕੇ ਡਰਦੇ ਕਿ ਨਹੀਂ ਡਰਦੇ? ਜੇ ਡਰਦੇ ਤਾਂ ਕਿਉਂ ਡਰਦੇ? ਕਿਹਨੇ ਡਰਨ ਲਾਏ? ਅਸੀਂ ਡਰਨ ਲਾ। ਤੁਸੀਂ ਵੇਖਿਆ ਹੋਣਾ, ਮੈਂ ਸਭ ਥਾਂ ਕਹਿੰਦਾ ਕਿ ਅਫਰੀਕਾ ਦੇ ਜਵਾਕ ਏਡੀਆਂ ਏਡੀਆਂ ਸਰਾਲਾਂ ਫੜ ਕੇ ਝੋਲੇ 'ਚ ਪਾਉਂਦੇ ਨੇ, ਉਹਨਾਂ ਨੂੰ ਡਰ ਕਿਉਂ ਨਹੀਂ ਲੱਗਦਾ? ਕਿਉਂਕਿ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਡਰਨਾ ਨਹੀਂ ਸਿਖਾਇਆ, ਉਹਨਾਂ ਦੇ ਮਾਂ ਬਾਪ ਨੇ ਉਹਨਾਂ ਨੂੰ ਡਰਨਾ ਨਹੀਂ ਸਿਖਾਇਆ ਵੀ ਹਾਏ ਕੁੱਤਾ ਵੱਢ ਲੂ। ਅਤੇ ਸਾਰੀ ਜ਼ਿੰਦਗੀ ਜਵਾਕ ਨੇ ਕੁੱਤੇ ਤੋਂ ਡਰਨਾ ਹੀ ਹੈ। ਜਿਹੜਾ ਅਸੀਂ ਉਹਨਾਂ ਨੂੰ ਸਿਖਾ ਰਹੇ ਹਾਂ, ਜਿਹੜਿਆਂ ਸ਼ਬਦਾਂ ਦਾ ਅਰਥ ਉਹਦੇ ਮਨ 'ਚ ਪਾ ਰਹੇ ਹਾਂ, ਜਿਹੜਾ ਅਹਿਸਾਸ ਪਾ ਰਹੇ ਹਾਂ, ਉਹਦਾ ਤਾਂ ਖਰਾਬ ਕਰਦਾ ਹੀ ਕਰਦਾ, ਸਾਡਾ ਵੀ ਖਰਾਬ ਕਰਦਾ। ਅੱਜ ਕੱਲ੍ਹ ਇਹ ਗੱਲ ਤੁਸੀਂ ਸੁਣੀ ਹੋਣੀ ਹੈ ਕਿ ਪ੍ਰਚਾਰਕ ਬਹੁਤ ਪੈਦਾ ਹੋ ਗਏ ਪਰ ਲੋਕਾਂ 'ਤੇ ਅਸਰ ਨਹੀਂ ਹੋ ਰਿਹਾ। ਲੋਕਾਂ 'ਤੇ ਅਸਰ ਹੋ ਰਿਹਾ ਪਰ ਕਿਹਦਾ ਹੋ ਰਿਹਾ ਇਹ ਵੇਖਣ ਵਾਲਾ ਹੈ। ਲੋਕ ਜਿਹੇ ਜਿਹੇ ਰਸ 'ਚ ਲੱਗੇ ਹੋਏ ਨੇ ਉਹਦਾ ਅਸਰ ਹੋ ਰਿਹਾ। ਜਦੋਂ ਗੁਰੂ ਸਾਹਿਬ ਦਾ ਵੇਲਾ ਸੀ ਉਦੋਂ ਇੱਕ ਫਰਕ ਸੀਗਾ ਕਿ ਉਦੋਂ ਰਾਜੇ ਕੋਲ ਵੀ ਘੋੜਾ ਸੀ, ਸਾਡੇ ਬੰਦਿਆਂ ਕੋਲ ਵੀ ਘੋੜਾ ਸੀ, ਇੱਕੋ ਜਿੰਨੇ ਭੱਜਦੇ ਸੀ। ਜੇ ਉਹਨਾਂ ਕੋਲ ਕਬੂਤਰ ਸੀ ਚਿੱਠੀ ਵਾਲਾ, ਇੱਥੇ ਵੀ ਚਿੱਠੀ ਵਾਲਾ ਕਬੂਤਰ ਸੀ, ਇੱਕੋ ਜਿੰਨਾ ਭੱਜਦਾ ਸੀ। ਹੁਣ ਜਿਹੜੀ ਸੂਚਨਾ ਦੇ ਸਾਧਨ ਨੇ ਉਹ ਸਰਕਾਰਾਂ ਕੋਲ ਵੱਡੇ ਨੇ, ਵੱਧ ਨੇ, ਉਹਨਾਂ ਦਾ ਕਬਜ਼ਾ ਹੈ। ਸਾਡੇ ਬੰਦੇ ਹੁਣ ਕਹਿੰਦੇ ਨੇ ਕਿ ਬੱਚਿਆਂ ਨੂੰ ਫਿਲਮ ਬਣਾ ਕੇ ਇਤਿਹਾਸ ਸੁਣਾ ਲਓ। ਠੀਕ ਹੈ ਭਾਈ, ਜਿਹੜੀ ਸਰਕਾਰ ਤੁਹਾਡੇ ਜਵਾਕਾਂ ਦੇ ਕੜੇ ਲਹਾ ਲੈਂਦੀ ਹੈ ਉਹ ਤੁਹਾਡਾ ਇਤਿਹਾਸ ਸਿਨੇਮੇ 'ਚ ਲਾਉਣ ਦੇਊਗੀ? ਅਸਲੀ ਵਾਲਾ ਨਹੀਂ, ਕਦੇ ਵੀ ਨਹੀਂ। ਇਸ ਕਰਕੇ ਇਸ ਵਹਿਮ 'ਚ ਨਹੀਂ ਰਹਿਣਾ ਕਿ ਸੂਚਨਾ ਦੇ ਸਾਧਨਾਂ ਨਾਲ ਆਪਣੇ ਜਵਾਕਾਂ ਨੂੰ ਤੁਸੀਂ ਸਿੱਖ ਬਣਾ ਦਿਓਗੇ। ਇਹ ਜੀਜ਼ ਖਿਆਲ ਤਾਂ ਆਉਂਦਾ ਕਿ ਮੈਂ ਚਾਹੁੰਦਾ ਵੀ ਮੇਰਾ ਪੱਲਾ ਛੁੱਟ ਜੇ, ਮੈਂ ਰੋਜ਼ ਸਾਖੀ ਜਵਾਕ ਨੂੰ ਨਾ ਸੁਣਾਵਾਂ, ਮੈਂ ਉਹਦੇ ਸਾਹਮਣੇ ਬੈਠ ਕੇ ਪਾਠ ਨਾ ਕਰਾਂ। ਧੀ ਪੁੱਤ ਨੂੰ ਜਿਹੜਾ ਅਹਿਸਾਸ ਹੈ ਉਹ ਸਾਨੂੰ ਵੇਖ ਕੇ ਹੋਣਾ। ਅੱਜ ਤੋਂ ਪਹਿਲਾਂ ਯਾਦ ਕਰੋ, ਜੇ ਬੰਦਾ ਗੁਟਕੇ ਤੋਂ ਪਾਠ ਕਰਦਾ, ਉਹਦੇ ਹੱਥੋਂ ਗੁਟਕਾ ਛੁੱਟ ਜਾਏ ਤਾਂ ਉਹ ਕੀ ਕਰੇਗਾ? ਚੱਕ ਕੇ ਮੱਥੇ ਲਾਏਗਾ, ਮਾਫ਼ੀ ਮੰਗੇਗਾ ਕਿ ਨਹੀਂ ਮੰਗੇਗਾ? ਗੁਟਕੇ ਤੋਂ ਪਾਠ ਕਰਨ ਦੀ ਥਾਂ 'ਤੇ ਬੰਦਾ ਫੋਨ ਤੋਂ ਪਾਠ ਕਰਦਾ, ਹੱਥ 'ਚੋਂ ਫੋਨ ਡਿੱਗ ਪਿਆ, ਚੱਕ ਕੇ ਮੱਥੇ ਲਾਉਂਗੇ? ਨਹੀਂ ਲਾਉਂਦੇ। ਤਾਂ ਇਹ ਫਰਕ ਨੂੰ ਸਮਝ ਲੈਣਾ ਚਾਹੀਦਾ ਕਿ ਆਪਣੇ ਧੀ ਪੁੱਤ ਨੂੰ ਧਰਮ, ਇਤਿਹਾਸ ਉੱਥੋਂ ਸਿਖਾਓ ਜਿੱਥੋਂ ਸਤਿਕਾਰ ਬਣਦਾ, ਜਿੱਥੋਂ ਸਤਿਕਾਰ ਬਣਦਾ ਉੱਥੋਂ ਸਿਖਾਓ ਜੀ। ਸੰਦਾਂ ਦੀ ਵਰਤੋਂ ਮਾੜੀ ਨਹੀਂ ਹੈ ਪਰ ਕਿਹੜੇ ਕੰਮ ਲਈ ਕਰਨੀ ਹੈ ਇਹਦਾ ਖਿਆਲ ਜ਼ਰੂਰ ਰੱਖੋ। ਸਾਡੀ ਇੱਕ ਮਾਤਾ ਮੇਰੇ ਮਿੱਤਰ ਦੀ, ਮੈਂ ਉਹਨੂੰ ਇੱਕ ਵਾਰੀ ਪੁੱਛਿਆ ਕਿ ਮਾਤਾ ਤੂੰ ਘਰ ਹੀ ਹੁੰਦੀ ਹੈ, ਤੂੰ ਫੋਨ ਤੋਂ ਪਾਠ ਕਿਉਂ ਕਰਦੀ ਹੈ? ਉਹ ਕਹਿੰਦੀ ਪੁੱਤ ਨਾ ਜੇ ਉੱਠ ਕੇ ਜਾਣਾ ਪੈ ਜੇ ਤਾਂ ਦੁਬਾਰੇ ਆ ਕੇ ਪਾਠ ਕਰਨ ਲਈ ਹੱਥ ਨਹੀਂ ਧੋਣੇ ਪੈਂਦੇ, ਦੁਬਾਰੇ ਆ ਕੇ ਫੋਨ ਚੱਕਣ ਵਾਸਤੇ ਹੱਥ ਨਹੀਂ ਧੋਣੇ ਪੈਂਦੇ। ਜੇ ਗੁਟਕੇ ਤੋਂ ਪਾਠ ਕਰਦੀ ਹੋਵਾਂ ਤਾਂ ਜਦੋਂ ਉੱਠ ਕੇ ਗਈ ਤਾਂ ਦੁਬਾਰੇ ਹੱਥ ਧੋ ਕੇ ਚੱਕਣਾ ਪਊਗਾ। ਇਹ ਜਿਹੜਾ ਸੱਚ ਹੈ ਇਹ ਬਹੁਤ ਵੱਡਾ ਸੱਚ ਹੈ।
ਜਿਹੜੀ ਸਾਨੂੰ ਲੱਗਦਾ ਕਿ ਆਹ ਸੌਖ ਹੋ ਗਈ, ਸੌਖ ਹੋ ਤਾਂ ਗਈ ਪਰ ਲੈ ਕੇ ਕਿੱਥੇ ਜਾਊਗੀ, ਇਹ ਵੀ ਤਾਂ ਦੇਖਣਾ ਨਾ। ਅਸੀਂ ਜਿੱਥੇ ਬਹਿ ਕੇ ਰੋਟੀਆਂ ਪਕਾਉਂਦੇ ਹਾਂ ਉਹ ਥਾਂ ਹੋਰ ਹੈ, ਜਿੱਥੇ ਸੌਂਦੇ ਹਾਂ ਉਹ ਥਾਂ ਹੋਰ ਹੈ, ਜਿੱਥੇ ਭਾਂਡੇ ਕੱਪੜੇ ਧੋਣੇ ਉਹ ਥਾਂ ਹੋਰ ਹੁੰਦੀ ਹੈ। ਇਹ ਜਿਹੜਾ ਸੀਸ ਹੈ ਇੱਥੇ ਪਾਠ ਹੈ, ਇੱਥੇ ਵਪਾਰ ਹੈ, ਇੱਥੇ ਹਾਹਾ ਹਾ ਹੈ, ਇੱਥੇ ਚੁਗਲੀ ਹੈ। ਮਰਯਾਦਾ ਕਿਸੇ ਇੱਕ ਦੀ ਚੱਲੂਗੀ, ਕਿਹਦੀ ਚੱਲੂਗੀ? ਜਿਨ੍ਹਾਂ ਨੇ ਇਹ ਸੀਸਾ ਬਣਾਇਆ, ਜਿਨ੍ਹਾਂ ਨੇ ਇਹ ਸੀਸਾ ਬਣਾਇਆ ਸੀਸੇ 'ਤੇ ਮਰਯਾਦਾ ਉਹਨਾਂ ਦੀ ਚੱਲੂਗੀ। ਤੁਹਾਡਾ ਪਾਠ, ਤੁਹਾਡਾ ਇਤਿਹਾਸ, ਤੁਹਾਡੀ ਪਰੰਪਰਾ ਦਾ ਅਸੂਲ ਉੱਥੇ ਨਹੀਂ ਚੱਲ ਸਕਦਾ। ਜਿਸ ਜਿਸ ਮਾਈ ਭਾਈ ਨੇ, ਵੀਰ ਬਜ਼ੁਰਗ ਨੇ ਆਪਣਾ ਧਰਮ ਇਤਿਹਾਸ ਦਾ ਨੇਮ ਨਿਭਾਉਣਾ, ਪੜ੍ਹਨ ਦਾ, ਸੁਣਨ ਦਾ, ਉਹ ਇਹ ਮੇਰੀ ਬੇਨਤੀ ਜ਼ਰੂਰ ਸੁਣ ਲੈਣ, ਮੰਨਣੀ ਨਾ ਮੰਨਣੀ ਤੁਹਾਡੀ ਮਰਜ਼ੀ, ਪਰ ਇਹ ਯਾਦ ਰੱਖਣਾ ਕਿ ਸੀਸਾ ਸਤਿਕਾਰ ਪੈਦਾ ਨਹੀਂ ਕਰਦਾ। ਇਤਿਹਾਸ ਅਤੇ ਧਰਮ ਦਾ ਸਤਿਕਾਰ ਬਿਨਾਂ ਕੋਈ ਮਾਨਾ ਨਹੀਂ ਹੈ। ਸਾਡੇ ਬੱਚੇ ਨੇ ਗੁਰਬਾਣੀ ਗੁਟਕੇ ਤੋਂ ਪੜ੍ਹੀ, ਆਪਣੇ ਘਰ ਪੜ੍ਹੀ, ਗੁਰੂ ਘਰ ਪੜ੍ਹੀ, ਉਸੇ ਬਾਣੀ ਦੇ ਅਰਥ ਗੁਰਬਾਣੀ ਨੇ। ਸਾਡੇ ਬੱਚੇ ਨੇ ਉਹੀ ਪਾਠ ਸਕੂਲੇ ਜਾ ਕੇ ਕਿਤਾਬ ਤੋਂ ਪੜ੍ਹਿਆ, ਉਹਦੇ ਅਰਥ ਗੁਰਬਾਣੀ ਨਹੀਂ ਹਨ, ਉਹਦਾ ਪਾਠ ਕਿਤਾਬ ਦਾ ਪਾਠ ਹੈ। ਸਾਡੇ ਬੱਚੇ ਨੇ ਬਾਣੀ ਸੀਸੇ ਤੋਂ ਪੜ੍ਹੀ, ਸੀਸੇ ਤੋਂ ਸੁਣੀ, ਉਹਦੇ ਮਾਨੇ ਹੋਰ ਨੇ। ਤਿੰਨਾਂ ਥਾਵਾਂ ਦੇ ਵੱਖ ਵੱਖ ਮਾਨੇ ਨੇ, ਇਹ ਗੱਲ ਯਾਦ ਰੱਖਣੀ ਹੈ। ਜਵਾਕ ਨੂੰ ਜਿਹੜੀ ਲੀਹ ਪਾ ਰਹੇ ਹੋ ਉਹ ਲੀਹ ਦਾ ਅਸਰ ਪਏਗਾ। ਸ਼ਬਦ ਕਿਹਦੇ ਨੇ, ਇਹ ਸਭ ਤੋਂ ਪਹਿਲੀ ਗੱਲ। ਥਾਂ ਕਿਹਦੀ ਹੈ, ਇਹਦਾ ਵੀ ਮੁੱਲ ਹੈ। ਘਰ ਤੁਹਾਡਾ ਕਿ ਘਰ ਗੁਰੂ ਦਾ, ਕਿ ਘਰ ਸਰਕਾਰ ਦਾ, ਕਿ ਘਰ ਵਪਾਰੀ ਦਾ, ਥਾਂ ਦਾ ਮੁੱਲ ਹੈ। ਉਦੋਂ ਅਗਲਾ ਤਰੀਕਾ ਕਿਹਦਾ, ਤਰੀਕਾ ਤੁਹਾਡਾ, ਤਰੀਕਾ ਗੁਰੂ ਦਾ, ਤਰੀਕਾ ਸਰਕਾਰ ਦਾ, ਤਰੀਕਾ ਵਪਾਰੀ ਦਾ। ਜਿਵੇਂ ਕੋਈ ਵੈਦ ਦਵਾਈ ਦੇ ਕੇ ਨਾਲ ਕਹਿੰਦਾ ਕਿ ਦੁੱਧ ਨਾ ਲਈ, ਪਾਣੀ ਨਾ ਲਈ, ਰੋਟੀ ਤੋਂ ਪਹਿਲਾਂ ਲਈ ਜਾਂ ਬਾਅਦ 'ਚ ਲਈ, ਉਵੇਂ ਬਾਣੀ ਪੜ੍ਹਾਓ, ਇਤਿਹਾਸ ਪੜ੍ਹਾਓ। ਕਿੱਥੇ ਪੜ੍ਹਾ ਰਹੇ ਹੋ, ਕਿਹੜਿਆਂ ਸ਼ਬਦਾਂ 'ਚ ਪੜ੍ਹਾ ਰਹੇ ਹੋ, ਕਿਹੜੇ ਤਰੀਕੇ ਪੜ੍ਹਾ ਰਹੇ ਹੋ, ਉਹਦਾ ਮੁੱਲ ਹੈ। ਸਭ ਤੋਂ ਵੱਡਾ ਮੁੱਲ ਕਿਹੜੀ ਭਾਵਨਾ ਨਾਲ ਪੜ੍ਹਾ ਰਹੇ ਹੋ, ਉਹ ਸੇਵਾ ਹੈ, ਉਹ ਸਤਿਕਾਰ ਹੈ, ਕੀ ਹੈ ਉਹ? ਸਭ ਤੋਂ ਵੱਡੀ ਜ਼ਿੰਮੇਵਾਰੀ ਸਾਡੀ ਹੈ, ਆਪਣੇ ਆਪ ਵਾਸਤੇ ਵੀ, ਆਪਣੀਆਂ ਧੀਆਂ ਪੁੱਤਾਂ ਵਾਸਤੇ ਵੀ। ਜ਼ਿੰਦਗੀ 'ਚ ਜਿਹੜਾ ਅਹਿਸਾਸ ਹੈ, ਸਮਾਂ ਹੈ, ਉਹ ਦੋ ਨਹੀਂ ਹਨ, ਇੱਕੋ ਹੈ। ਇੱਦਾਂ ਨਹੀਂ ਸੋਚਣਾ ਕਿ ਮੈਂ ਟਾਈਮ ਪਾਸ ਕਰਦਾ ਜਾਂ ਕਰਦੀ ਹਾਂ, ਟਾਈਮ ਪਾਸ ਨਹੀਂ ਹੋ ਰਿਹਾ, ਜ਼ਿੰਦਗੀ ਜਾਇਆ ਹੋ ਰਹੀ ਹੈ। ਬੱਚੇ ਨੂੰ ਜਿਹੜੇ ਸ਼ਬਦਾਂ ਦਾ ਉਹਦਾ ਹੱਕ ਬਣਦਾ ਉਹ ਨਾ ਸਿਖਾਉਣੇ, ਇੱਦੋਂ ਵੱਡਾ ਜੁਰਮ ਨਹੀਂ ਹੈ। ਸਭ ਤੋਂ ਵੱਡਾ ਜੁਰਮ ਹੈ ਆਪਣੇ ਧੀ ਪੁੱਤ ਨੂੰ ਆਪਣੀ ਪਰੰਪਰਾ ਦੇ ਸ਼ਬਦਾਂ ਤੋਂ ਵਾਂਝੇ ਕਰ ਦੇਣਾ। ਮੈਂ ਥਾਂ ਥਾਂ ਜਾ ਕੇ ਵੇਖਦਾ, ਜਵਾਕਾਂ ਨੂੰ ਗੱਲ ਦਾ ਪਤਾ ਹੀ ਨਹੀਂ ਹੁੰਦਾ। ਮੈਨੂੰ ਕਈ ਬੰਦੇ ਕਹਿੰਦੇ ਵੀ ਬਾਈ ਤੇਰੀ ਪੰਜਾਬੀ ਬਹੁਤ ਔਖੀ ਹੁੰਦੀ ਹੈ। ਮੈਂ ਕਿਹਾ ਨਹੀਂ ਵੀਰੇ, ਮੇਰੀ ਨਹੀਂ ਔਖੀ, ਤੁਹਾਨੂੰ ਆਉਣੋਂ ਹਟ ਗਈ ਹੈ। ਤੁਸੀਂ ਦੇਖਿਓ ਕਦੇ ਸਾਡੇ ਕਿਸੇ ਬੰਦੇ ਨੂੰ ਪੰਜਾਬੀ ਨਾ ਆਉਂਦੀ ਹੋਵੇ, ਐਂ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਆਉਂਦੀ। ਬੋਲਣ ਵਾਲਾ ਔਖੀ ਬੋਲਦਾ, ਬੋਲਣ ਵਾਲਾ ਲਿਖਣ ਵਾਲਾ ਔਖੀ ਲਿਖਦਾ। ਜੇ ਅੰਗਰੇਜ਼ੀ ਨਾ ਆਉਂਦੀ ਹੋਵੇ ਫਿਰ ਕਹਿਣਗੇ ਨਹੀਂ ਮੈਨੂੰ ਨਹੀਂ ਆਉਂਦੀ ਹੈ। ਜਿੱਥੇ ਮਰਜ਼ੀ ਵੇਖ ਲਓ ਇਹ ਗੱਲ ਕਿ ਪੰਜਾਬੀ ਬਾਰੇ ਇਹ ਕਿ ਦੂਜਾ ਔਖੀ ਲਿਖਦਾ ਜਾਂ ਔਖੀ ਬੋਲਦਾ, ਅੰਗਰੇਜ਼ੀ ਬਾਰੇ ਇਹ ਕਿ ਮੈਨੂੰ ਨਹੀਂ ਆਉਂਦੀ ਹੈ। ਆਪਣੀਆਂ ਸ਼ਬਦਾਂ ਨਾਲ ਜਿਹੜਾ ਰਿਸ਼ਤਾ ਹੈ ਉਹ ਸਾਡੀ ਔਕਾਤ ਦੱਸਦਾ, ਉਹ ਸਾਡੀ ਹਸਤੀ ਦੱਸਦਾ। ਅਤੇ ਅਸੀਂ ਆਪਣੇ ਆਪ ਨੂੰ ਜੋ ਸਮਝਦੇ ਹਾਂ
ਉਹਦਾ ਸਭ ਤੋਂ ਸੌਖਾ ਤਰੀਕਾ ਇਹੀ ਹੈ ਕਿ ਕਿਹੜੇ ਸ਼ਬਦ ਵਰਤਦੇ ਹਾਂ ਅਸੀਂ ਬੋਲਣ ਵਾਸਤੇ, ਸੁਣਨ ਵਾਸਤੇ, ਅਤੇ ਆਪਣੀਆਂ ਧੀਆਂ ਪੁੱਤਾਂ ਵਾਸਤੇ, ਅਤੇ ਆਪਣੇ ਪੁਰਖਿਆਂ ਦੇ ਇਤਿਹਾਸ ਵਾਸਤੇ। ਉਹ ਸਾਡੀ ਸਾਰੀ ਪੂੰਜੀ ਨੇ, ਉਹ ਸਾਡੀ ਸਾਰੀ ਹਸਤੀ ਨੇ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਲਾ ਹੋਵੇ, ਸਾਡੇ ਧੀਆਂ ਪੁੱਤਾਂ ਦਾ ਵੀ ਭਲਾ ਹੋਵੇ, ਤਾਂ ਉਹਦੇ ਲਈ ਗੁਰੂ ਦੇ ਸ਼ਬਦ ਦੇ ਲੜ ਲੱਗਣਾ, ਆਪਣੇ ਇਤਿਹਾਸ ਦੇ ਲੜ ਲੱਗਣਾ, ਆਪਣੀ ਪਰੰਪਰਾ ਦਾ ਪਾਲਣ ਕਰਨਾ, ਇਹਦੇ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ। ਅਤੇ ਇਹ ਮੈਂ ਆਪਣੀ ਗੱਲ ਸਮਾਪਤੀ ਵਜੋਂ ਇੱਕ ਬੇਨਤੀ ਆਖਰੀ ਕਿ ਜਿਸ ਮਾਈ ਭਾਈ ਨੇ ਜਿਹੜੇ ਵੀ ਪਾਠ ਕਰਦੇ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਇੱਕ ਤਾਂ ਇਹ ਕਿ ਜਿਨ੍ਹਾਂ ਨੇ ਸੰਥਿਆ ਨਹੀਂ ਲਈ ਹੋਈ ਉਹ ਸੰਥਿਆ ਲੈ ਕੇ ਪਾਠ ਕਰ। ਗੁਰੂ ਸਭ ਤੋਂ ਵੱਡਾ, ਉਹਦੇ ਨਾਲ ਜੁੜਨ ਦੀ ਇੱਕ ਮਰਯਾਦਾ ਹੈ। ਜੇ ਪਹਿਲਾਂ ਨਹੀਂ ਪਾਲੀ ਤਾਂ ਹੁਣ ਪਾਲੋ। ਦੂਸਰਾ, ਪਾਠ ਵੇਖ ਕੇ ਕਰਨਾ ਚਾਹੇ ਤੁਹਾਨੂੰ ਕੰਠ ਵੀ ਹੈ। ਤੀਸਰਾ, ਪਾਠ ਬੋਲ ਕੇ ਕਰਨਾ, ਸਾਡੇ ਕੰਨ ਘੱਟੋ ਘੱਟ ਸੁਣਦੇ ਹੋ। ਵੇਖ ਕੇ ਕਰਨਾ, ਬੋਲ ਕੇ ਕਰਨਾ, ਸਭ ਤੋਂ ਜ਼ਰੂਰੀ ਇਹ ਹੈ ਕਿ ਹੌਲੀ ਕਰਨਾ, ਸਹਿਜ ਨਾਲ, ਰਹਾਓ ਨਾਲ। ਸਾਡੇ ਕਈ ਜਾਂ ਬਹੁਤੇ ਲੋਕ ਪਾਠ ਕਰਦੇ ਨੇ ਪਰ ਪਾਠ ਕਾਹਲ ਨਾ ਕਰਦੇ। ਕਾਲੀ ਦਾ ਧਰਮ ਨਾਲ ਕੀ ਸੰਬੰਧ ਹੈ? ਸਦੀਆਂ ਸਦੀਆਂ ਤੋਂ, ਜਨਮਾਂ ਜਨਮਾਂ ਤੋਂ ਭਟਕਣਾ, ਬੇਚੈਨੀ ਹੈ, ਉਹਦੇ ਤੋਂ ਛੁਟਕਾਰਾ ਚਾਹੁੰਦੇ ਹਾਂ, ਉਹ ਵੀ ਕਾਲੀ 'ਚ ਚਾਹੁੰਦੇ ਹਾਂ, ਹੁਣ ਕੀ ਹੈ? ਪਾਠ ਜਦੋਂ ਵੀ ਕਰਨਾ ਸਹਿਜੇ ਕਰਨਾ। ਬਾਣੀ 'ਚ ਲਿਖੀ ਹੋਈ ਗੱਲ ਹੈ ਕਿ ਸਹਿਜ ਬਲੋਬੋ ਜੈਸੇ ਤਤ ਨਾ ਜਾਈ। ਜਦੋਂ ਪਾਠ ਤੇਜ਼ ਕਰਦੇ ਸਿਰਫ ਇਕੱਲੀ ਤਰਜ ਸੁਣਦੀ ਬੰਦੇ ਨੂੰ, ਜੇ ਥੋੜ੍ਹਾ ਜਿਹਾ ਹੌਲੀ ਕਰਦੇ ਤਾਂ ਸ਼ਬਦ ਸੁਣਦੇ, ਹੋਰ ਹੌਲੀ ਕਰਦੇ ਤਾਂ ਉਹ ਅਹਿਸਾਸ ਮਨ 'ਤੇ ਆਉਂਦਾ ਕਿ ਸੁਣਿਆ ਸਿੱਧ ਪੀਰ ਸੁਰ ਨਾਥ, ਇਹ ਚਾਰ ਸ਼ਬਦ ਇੱਥੇ 4000 ਸਾਲ ਦੇ ਇਤਿਹਾਸ ਦਾ ਅਹਿਸਾਸ ਹੈ ਵਿੱਚ, ਕਿ ਸਿੱਧ ਕੌਣ ਨੇ, ਪੀਰ ਕੌਣ ਨੇ, ਦੇਵਤੇ ਕੌਣ ਨੇ, ਨਾਥ ਕੌਣ ਨੇ। ਸਭ ਥਾਂ ਮੈਂ ਇੱਕ ਪੰਕਤੀ ਬੋਲਦਾ ਕਿ ਜੇ ਤੇਜ਼ ਪੜ੍ਹੋਂਗੇ ਤਾਂ ਬੰਦ ਖਲਾਸੀ ਭਾਣਾ ਹੋਏ, ਜੇ ਹੌਲੀ ਪੜ੍ਹਦੇ ਫਿਰ ਬੰਦੇ ਖਲਾਸੀ, ਬੰਨਣ ਵੀ ਛੁੱਟਣ ਵੀ ਭਾਣੇ 'ਚ, ਜੇ ਤੇਜ਼ ਪੜ੍ਹੋ ਤਾਂ ਇੱਕ ਬਣ ਜਾਂਦਾ। ਬਾਣੀ ਦੇ ਪੜ੍ਹਨ ਦਾ ਰਹਾਉ ਆ ਜਿਹੜਾ, ਉਹਦੀ ਸਭ ਤੋਂ ਵੱਧ ਕੀਮਤ ਹੈ। ਰਸ ਆਏਗਾ, ਇਹ ਸਾਡੀ ਪਰੰਪਰਾ ਕਹਿੰਦੀ ਹੈ, ਅਰਦਾਸ ਦੱਸਦੀ ਆ ਰੋਜ਼ ਕਿ ਰਸ ਆਏ ਬਿਨਾਂ ਬੰਦ ਬੰਦ ਨਹੀਂ ਕਟਾਇਆ ਜਾ ਸਕਦਾ, ਰਸ ਆਏ ਬਿਨਾਂ ਦੇਖ ਕੇ ਅੰਡਿਟ ਨਹੀਂ ਕੀਤਾ ਜਾ ਸਕਦਾ। ਸਾਰਿਆਂ ਪਾਪਾਂ ਦੀ, ਸਾਰਿਆਂ ਘਾਟਾਂ ਦੀ ਮੈਲ ਧੁੱਪ ਜਾਣੀ ਹੈ, ਸਿਰਫ ਪਾਠ ਦੇ ਅਹਿਸਾਸ 'ਤੇ ਆਪਣੇ ਆਪ ਨੂੰ ਲੈ ਆਈਏ। ਜੇ ਰਸ ਵਿਸਰ ਗਏ ਰਸ ਔਰ, ਇਹ ਕੋਈ ਖਾਲੀ ਗੱਲ ਨਹੀਂ ਹੈ, ਸਾਡੇ ਇਤਿਹਾਸ ਦੀ ਸਭ ਤੋਂ ਵੱਡੀ ਗਵਾਹੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੂੰ ਰਸ ਆਇਆ ਉਹ ਆਪ ਵੀ ਤਰ ਗਏ, ਉਹਨਾਂ ਨੇ ਸਭ ਤਾਰੇ। ਇਸ ਕਰਕੇ ਲੱਗਦੀ ਵਾਹ, ਪਾਠ ਸਹਿਜੇ ਕਰਨਾ, ਬੋਲ ਕੇ ਕਰਨਾ, ਵੇਖ ਕੇ ਕਰਨਾ, ਰਸ ਗੁਰੂ ਸਭ ਆ ਬਖਸ਼ਣਗੇ। ਮੈਂ ਆਪਣੀ ਗੱਲ ਸਮਾਪਤ ਕਰਾਂ, ਭੁੱਲਾਂ ਚੁੱਕਾਂ ਲਈ ਖਿਮਾ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।